ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਹੁ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ ਧਰੋਂ ਧਰਾ ਹਰ ਪੁੰਨ ਪੁੰਨ ਸੀਸ ਪੁੰਨ ਪੁੰਨ ਸੀਸ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਆਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਹੁ ਕਰ ਅਨੁਰਾਗ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਕਰਤਾਰ ਨਿਤ ਹੋਏ ਤੁਕ ਬੈਸ ਕਿਰਤ ਕੋ ਕਰੀਐ ਬੂਝ ਤਲਾਲੋ ਆਏ ਕਿਤ ਤੇ ਕਰੁਣਾ ਸਦਨ ਉਚਰੀਐ ਚਿਤ ਕਰਤਾਰ ਨਿਤ ਹੋਏ ਤੁਕ ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਪ੍ਰਤੱਖ ਅਤੇ ਸਮਰੱਥ ਸਤਿਗੁਰੂ ਸ਼ਬਦ ਗੁਰੂ ਸ਼ਬਦ ਅਵਤਾਰ ਗੁਰਤਾ ਗੱਦੀ 'ਤੇ ਵਿਰਾਜਮਾਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰ ਵਾਲੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ ਸੋਦਾ ਰਹਿਰਾਜ ਸਾਹਿਬ ਜੀ ਦੇ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਤੁਰਕੀ ਬਾਣੀ ਦੇ ਕੀਰਤਨ ਦਾ ਆਨੰਦ ਗੁਰੂ ਸਵਾਰੀ ਕੀਰਤਨੀਆਂ ਪਾਸੋਂ ਮਾਣੇ ਹੈ। ਸਮਾਂ ਹੋਇਆ ਹੈ ਰੋਜ਼ ਦੀ ਮਰਿਆਦਾ ਮੁਤਾਬਕ ਗੁਰੂ ਕੇ ਪਰਉਪਕਾਰੀ ਜੀਵਨ ਦੀਆਂ ਕਥਾ ਕਹਾਣੀਆਂ ਸਾਂਝੀਆਂ ਕਰਨ ਦਾ।
ਲੜੀਵਾਰ ਚੱਲ ਰਹੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਹੋ। ਬਹੁਤ ਸਾਰੀ ਸੰਗਤ ਆਪਣੇ ਘਰਾਂ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਰਹੀ ਹੈ। ਆਓ ਸੁਰਤੀਆਂ ਬਿਰਤੀਆਂ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜੀਏ। ਕੱਲ੍ਹ ਤੱਕ ਲੜੀਵਾਰ ਇਤਿਹਾਸ ਵਿੱਚੋਂ ਆਪਾਂ ਨੇ ਸਰਵਣ ਕੀਤਾ ਸੀ, ਸਾਂਝ ਪਾਈ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ ਹੋਰਾਂ ਨੂੰ ਨਾਲ ਲੈ ਕੇ ਸੁਲਤਾਨਪੁਰ ਤੋਂ ਚੱਲੇ ਨੇ। ਔਰ ਇਸ ਕਥਾ ਦੇ ਮੁਤਾਬਕ ਸਤਿਗੁਰੂ 17 ਕੁ ਦਿਨਾਂ ਦੇ ਵਿੱਚ ਏਮਨਾਬਾਦ ਭਾਈ ਲਾਲੋ ਜੀ ਦੇ ਘਰ ਪਹੁੰਚੇ ਨੇ। ਲਾਲੋ ਦੇ ਬੂਹੇ 'ਤੇ ਜਾ ਕੇ ਦਸਤਕ ਦਿੱਤੀ ਹੈ। ਉਹਨੇ ਸਤਿਗੁਰਾਂ ਦੇ ਜਦੋਂ ਪਹਿਲਾਂ ਦਰਸ਼ਨ ਕੀਤੇ, ਦੇਖਦਿਆਂ ਸਾਰ ਉਹਨੂੰ ਆਨੰਦ ਪ੍ਰਾਪਤ ਹੋਇਆ ਔਰ ਦੇਖਦਿਆਂ ਸਾਰ ਉਹਨੂੰ ਇੱਕ ਤਰ੍ਹਾਂ ਦਾ ਸਕੂਨ ਪ੍ਰਾਪਤ ਹੋਇਆ। ਪਰ ਉਹਨੇ ਗੁਰੂ ਸਾਹਿਬ ਜੀ ਦੇ ਕੋਲੋਂ ਉਹਨਾਂ ਬਾਰੇ ਔਰ ਕੁਝ ਸਵਾਲ ਪੁੱਛੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਖੜੋ ਗਿਆ। ਗੁਰੂ ਸਾਹਿਬ ਜੀ ਅਤੇ ਭਾਈ ਬਾਲਾ ਜੀ ਲਾਲੋ ਦੇ ਘਰ ਪਹੁੰਚੇ ਹੋਏ ਨੇ। ਆਪਾਂ ਲੜੀਵਾਰ ਪ੍ਰਸੰਗ ਇੱਥੋਂ ਕੁ ਤੱਕ ਕੱਲ੍ਹ ਸਾਂਝਾ ਕਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਬੜੇ ਪਿਆਰ ਨਾਲ ਗੁਰੂ ਚਰਨਾਂ ਦੇ ਵਿੱਚ ਸੱਜ ਬੈਠੇ ਹੋ। ਆਓ ਅਗਲੇ ਪ੍ਰਸੰਗ ਨੂੰ ਸਾਂਝਾ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਅਦਬ ਸਹਿਤ ਪਿਆਰ ਸਹਿਤ ਗੁਰਫਤਿਹ ਦੀ ਪ੍ਰਵਾਨਗੀ ਦਿਓ ਤਾਂ ਕਿ ਆਪਣੀ ਸਾਰਿਆਂ ਦੀ ਹਾਜ਼ਰੀ ਲੱਗ ਜਾਏ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੇਰ ਮੁਖਾਰ ਬਿੰਦ ਪਇਆ ਠੰਡ ਪਦ ਬੰਧਨ ਕਰ ਬੰਦੇ। ਔਰ ਭਾਈ ਸਾਹਿਬ ਜੀ ਰੈਗੂਲਰ ਇਤਿਹਾਸਕ ਪ੍ਰਸੰਗ ਨੂੰ ਬੜੇ ਰਿਸਪੈਕਟ ਨਾਲ ਬੜੇ ਸਤਿਕਾਰ ਨਾਲ ਅਗਾਂਹ ਤੋਰਦਿਆਂ ਹੋਏ ਲਿਖਦੇ ਨੇ, ਭਾਈ ਲਾਲੋ ਹੱਥ ਜੋੜ ਕੇ ਖੜ ਗਿਆ। ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਪਹਿਲਾਂ ਉਹਨੇ ਸਿਜਦਾ ਕੀਤਾ, ਮੱਥਾ ਟੇਕਿਆ, ਨਮਸਕਾਰ ਕੀਤੇ ਹੈ। ਦਰਸ ਬਲੋਕਤ ਸ਼ਾਂਤ ਭਈ ਮਨ ਲਾਲੋ ਹਿਰਦੇ ਆਨੰਦੇ। ਗੁਰੂ ਸਾਹਿਬ ਦਾ ਦਰਸ਼ਨ ਕੀਤੇ ਦੀਦਾਰ ਕੀਤੇ ਉਹਦੇ ਮਨ ਨੂੰ ਆਨੰਦ ਪ੍ਰਾਪਤ ਹੋਇਆ, ਸ਼ਾਂਤੀ ਮਿਲੀ ਹੈ। ਔਰ ਲਾਲੋ ਜਿਹੜਾ ਹਿਰਦੇ ਦੇ ਵਿੱਚੋਂ ਬਹੁਤ ਖੁਸ਼ ਹੁੰਦਾ। ਕਈ ਵਾਰ ਐਸਾ ਹੁੰਦਾ ਕੁਦਰਤੀ ਤੌਰ 'ਤੇ, ਆਮ ਜਦੋਂ ਆਪਾਂ ਬੰਦਿਆਂ ਨੂੰ ਮਿਲਦੇ ਹਾਂ, ਕੁਝ ਬੰਦਿਆਂ ਨੂੰ ਮਿਲਦੇ ਹਾਂ ਸਾਰ, ਸਾਨੂੰ ਥੋੜ੍ਹਾ ਜਿਹਾ ਸੁੱਖ ਜਿਹਾ ਮਹਿਸੂਸ ਹੁੰਦਾ। ਪਰ ਕੁਝ ਬੰਦਿਆਂ ਨੂੰ ਵੇਖ ਕੇ ਪਤਾ ਨਹੀਂ, ਆਪਾਂ ਕਹਿੰਦੇ ਹਾਂ ਇਹਨੂੰ ਤਾਂ ਦੇਖਦਿਆਂ ਸਾਰੇ ਕੁਝ ਹੋ ਗਿਆ, ਇਹਨੂੰ ਤਾਂ ਵੇਖਦਿਆਂ ਸਾਰੇ ਮੈਨੂੰ ਚਿੜ ਚੜ ਗਈ ਹੈ, ਜੀ ਨਹੀਂ ਕਰਿਆ ਗੱਲ ਕਰਨ ਨੂੰ, ਕੋਲ ਬੈਠਣ ਨੂੰ ਵੀ ਜੀ ਨਹੀਂ ਕੀਤਾ। ਗੁਰੂ ਸਾਹਿਬ ਤਾਂ ਫਿਰ ਵੀ ਜਿਹੜਾ ਸੀਗਾ ਪਰਮਾਤਮਾ ਦਾ ਸਰੂਪ ਨੇ, ਅਤੇ ਇਹਨਾਂ ਦੇ ਦੀਦਾਰ ਇਹਨਾਂ ਦੇ ਦਰਸ਼ਨ ਕੀਤੇ ਹਾਂ। ਜਿਸ ਤਰੀਕੇ ਦੇ ਨਾਲ ਆਪਾਂ ਆਮ ਤੌਰ 'ਤੇ ਹਿਮਾਲਿਆ 'ਤੇ ਬੰਦਾ ਪਹੁੰਚ ਜਾਏ, ਉੱਥੇ ਕਹਿਣਾ ਨਹੀਂ ਪੈਂਦਾ ਵੀ ਸਾਨੂੰ ਠੰਡਕ ਆਏ। ਹਿਮਾਲਿਆ 'ਤੇ ਪਹੁੰਚਣ ਨਾਲ ਆਟੋਮੈਟਿਕ ਹੀ ਠੰਡਕ ਆਏਗੀ। ਤੁਸੀਂ ਅੱਗ ਦੇ ਕੋਲ ਬਹਿ ਜਾਓ, ਤੁਹਾਨੂੰ ਕਹਿਣਾ ਨਹੀਂ ਪਵੇਗਾ ਵੀ ਛੇਕ ਆਵੇ, ਆਟੋਮੈਟਿਕ ਹੀ ਤੁਹਾਨੂੰ ਛੇਕ ਲੱਗੇਗਾ। ਇਸੇ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਸੋਮੇ ਨੇ, ਆਨੰਦ ਦੇ ਦਾਤੇ ਨੇ ਔਰ ਸੁੱਖਾਂ ਦੇ ਭੰਡਾਰ ਨੇ। ਇਹਨਾਂ ਦੇ ਦਰਸ਼ਨ ਕੀਤੇ ਹਾਂ, ਇਹਨਾਂ ਦੇ ਕੋਲ ਬੈਠੇ ਹਾਂ ਔਰ ਕੁਦਰਤੀ ਤੌਰ 'ਤੇ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਸੀ, ਬੜਿਆਂ ਬੜਿਆਂ ਨੂੰ ਸ਼ਾਂਤੀ ਨਸੀਬ ਹੁੰਦੀ ਸੀ। ਸੋ ਭਾਈ ਲਾਲੋ ਨੇ ਗੁਰੂ ਸਾਹਿਬ ਦੇ ਦੀਦਾਰ ਕੀਤੇ, ਨਮਸਕਾਰ ਕੀਤੀ, ਵੰਦਨਾ ਕੀਤੀ ਔਰ ਹਿਰਦੇ ਦੇ ਵਿੱਚੋਂ ਬੜਾ ਉਹਨੂੰ ਸੁੱਖ ਆਨੰਦ ਪ੍ਰਾਪਤ ਹੋਇਆ ਜੀ। ਚਿੱਤ ਕਰਤਾਰ ਨਿਤ ਹੋਵੇ ਤੋਕ ਬੈਸ ਕਿਰਤ ਕੋ ਕਰੀਏ। ਗੁਰੂ ਸਾਹਿਬ ਜੀ ਨੇ ਭਾਈ ਲਾਲੋ ਦੀ ਸ਼ਰਧਾ ਵੇਖੀ, ਇਹਨੇ ਪਿਆਰ ਨਾਲ ਜਿਹੜਾ ਮੱਥਾ ਟੇਕਿਆ, ਅਤੇ ਗੁਰੂ ਸਾਹਿਬ ਨੇ ਉਸੇ ਵੇਲੇ ਭਾਈ ਲਾਲੋ ਨੂੰ ਮੋੜ ਕੇ ਆਖਿਆ, ਕਹਿੰਦੇ ਤੁਹਾਡੇ ਅੰਦਰ ਕਰਤਾਰ ਹੈ, ਜਾਂ ਇਉਂ ਕਹਿ ਲਓ ਤੁਸੀਂ ਰੱਬੀ ਭਾਉ ਵਿੱਚ ਰਹਿਣ ਵਾਲੇ ਹੋ, ਤੁਸੀਂ ਰੱਬੀ ਪ੍ਰੇਮ ਦੇ ਵਿੱਚ ਗੁੜੁੱਚ ਹੈਗੇ ਹੋ, ਅਤੇ ਆਪਣਾ ਜਿਹੜਾ ਸੀ ਕਿਰਤ ਕਰੋ, ਬੈਠ ਕੇ ਆਪਣੇ ਕੰਮ ਵੱਲ ਧਿਆਨ ਦੇਵੋ, ਆਪਣੀ ਕਿਰਤ ਕਰੋ ਜੀ। ਬੂਝਤ ਲਾਲੋ ਆਏ ਕਿਰਤ ਤੇ ਕਰੁਣਾ ਸਦਨ ਉਚਾਰੀਏ। ਔਰ ਲਾਲੋ ਨੇ ਹੱਥ ਜੋੜੇ ਗਰੀਬ ਨਵਾਜ ਨੂੰ ਬੇਨਤੀ ਕੀਤੀ, ਕਹਿਣ ਲੱਗਿਆ ਜੀ ਪਹਿਲਾਂ ਮੈਨੂੰ ਐਂ ਦੱਸੋ ਵੀ ਆਪ ਆਏ ਕਿੱਥੋਂ ਹੋ। ਬੂਝਤ ਲਾਲੋ ਪੁੱਛਦਾ ਭਾਈ ਲਾਲੋ ਆਏ ਕਿਰਤ ਤੇ ਕਿੱਥੋਂ ਆਇਓ। ਔਰ ਕਰੁਣਾ ਸਦਨ ਦਾ ਅਰਥ ਹੁੰਦਾ ਹੈ ਹੇ ਕਿਰਪਾ ਦੇ ਦਾਤੇ, ਕਿਰਪਾ ਦੇ ਘਰ, ਕਿਰਪਾ ਕਰਕੇ ਮੈਨੂੰ ਪਹਿਲਾਂ ਆਪਣੇ ਆਉਣ ਦਾ ਪਰਪਜ ਤਾਂ ਦੱਸੋ, ਆਪ ਜੀ ਆਏ ਕਿੱਥੋਂ ਹੋ ਇਹ ਤਾਂ ਦੱਸੋ।
ਕੰਮ ਤੇ ਮੈਂ ਕਰਦਾ ਹੀ ਹਾਂ, ਕਿਰਤ ਤੇ ਮੈਂ ਕਰਦਾ ਹੀ ਹਾਂ, ਰੋਜ਼ ਕੰਮ ਕਰਦਾ, ਇੰਨੀ ਜ਼ਿੰਦਗੀ ਲੰਘ ਗਈ ਕੰਮ ਕਰਦੇ ਦੀ, ਪਰ ਤੁਹਾਡੇ ਵਰਗੇ ਸਤਿਪੁਰਸ਼ਾਂ ਦੇ ਦੀਦਾਰ, ਤੁਹਾਡੇ ਵਰਗੇ ਸਤਿਪੁਰਸ਼ਾਂ ਦੇ ਦਰਸ਼ਨ, ਤੁਹਾਡੇ ਵਰਗਿਆਂ ਦੇ ਬਚਨ ਬਿਲਾਸ ਸੁਣਨ ਦਾ ਸੁਭਾਗ ਕਦੇ ਕਦਾਈ ਨਸੀਬ ਹੁੰਦਾ। ਇਸ ਕਰਕੇ ਸਤਿਗੁਰੂ ਕੰਮ ਤੇ ਮੈਂ ਕਰਦਾ ਹੀ ਹਾਂ, ਪਰ ਕਿਰਪਾ ਕਰਕੇ ਮੈਨੂੰ ਆਪਣੇ ਆਉਣ ਬਾਰੇ, ਆਪਣੇ ਬਾਰੇ ਕੁਝ ਦੱਸੋ ਜੀ। ਭੇਸ ਅਪੂਰਬ ਰੂਪ ਅਨੁਪਮ ਮਧੁਰ ਮੁਖਰ ਗਤ ਦੈਨ। ਉਹ ਕਹਿੰਦਾ ਜੀ ਤੁਹਾਡਾ ਜਿਹੜਾ ਵੇਸ ਹੈ, ਵੇਸ ਦਾ ਅਰਥ ਹੁੰਦਾ ਪਹਿਰਾਵਾ ਹੁੰਦਾ, ਬਹੁਤ ਸੁੰਦਰ ਲੱਗ ਰਿਹਾ ਮੈਨੂੰ। ਰੂਪ ਅਨੁਪਮ, ਅਨੁਪਮ ਰੂਪ ਹੈ ਤੁਹਾਡੀ ਸੁੰਦਰਤਾ, ਚਿਹਰੇ ਦਾ ਆਪਣਾ ਇੱਕ ਪ੍ਰਭਾਵ ਹੈ, ਤੇ ਤੁਸੀਂ ਮੁਕਤੀ ਦਾਤੇ ਹੋ। ਗੁਰੂ ਸਾਹਿਬ ਜੀ ਨੂੰ ਕਹਿੰਦਾ ਜੀ ਤੁਹਾਡੇ ਮਿੱਠੇ ਬੋਲ ਸੁਣ ਕੇ ਮੇਰੇ ਮਨ ਨੂੰ ਜਿਹੜਾ ਸਕੂਨ ਮਿਲਿਆ, ਆਨੰਦ ਮਿਲਿਆ ਔਰ ਲਗਾਤਾਰ ਵੱਧ ਰਿਹਾ, ਕਿਰਪਾ ਕਰਕੇ ਸਤਿਗੁਰੂ ਸਾਹਿਬ ਮੈਨੂੰ ਆਪਣੇ ਬਾਰੇ ਸਮਝਾਓ ਜੀ। ਕੀਤ ਨਿਰੰਤਰ ਪ੍ਰੀਤ ਵਧੀ ਮੁਝ ਹੇਰਤ ਹੋਵਤ ਚੈਨ। ਔਰ ਮੇਰੇ ਮਨ ਚ ਪ੍ਰੇਮ ਵੱਧ ਰਿਹਾ ਹੈ ਤੁਹਾਡੇ ਪ੍ਰਤੀ, ਮੇਰੇ ਮਨ ਨੂੰ ਚੈਨ ਵੱਧ ਰਹੀ ਹੈ, ਸੁੱਖ ਵੱਧ ਰਿਹਾ ਹੈ, ਕਹਿਣ ਦਾ ਭਾਵ ਆਨੰਦ ਮਿਲ ਰਿਹਾ ਜੀ। ਕਹੇ ਨਾਨਕ ਪਰਦੇਸੀ ਹਮ ਹੈ ਨਹੀਂ ਨਕੇ ਤੁੰਗ ਨੇਰ। ਗੁਰੂ ਸਾਹਿਬ ਮੁੜ ਕੇ ਭਾਈ ਲਾਲੋ ਨੂੰ ਆਪਣੇ ਬਾਰੇ, ਆਪਣੇ ਆਉਣ ਦੇ ਕਾਰਨ ਬਾਰੇ ਦੱਸਣ ਲੱਗੇ ਨੇ। ਗੁਰੂ ਸਾਹਿਬ ਕਹਿੰਦੇ ਨੇ ਭਾਈ ਲਾਲੋ ਨੂੰ, ਕਹਿੰਦੇ ਭਾਈ ਅਸੀਂ ਪਰਦੇਸੀ ਹਾਂ, ਪਰਦੇਸੀ ਹਮ ਹੈ। ਪਰਦੇਸੀ ਦਾ ਅਰਥ ਤੁਸੀਂ ਸਾਰੇ ਜਾਣਦੇ ਹੀ ਹੋ, ਇਹ ਗੱਲ ਸਮਝਣ ਵਿੱਚ ਤੇ ਆਪਾਂ ਨੂੰ ਕੋਈ ਔਖੇ ਨਹੀਂ ਹੈ ਕਿ ਭਾਵ ਜਿਨ੍ਹਾਂ ਨੇ ਆਪਣਾ ਦੇਸ਼ ਛੱਡਿਆ ਹੋਇਆ, ਆਪਣਾ ਦੇਸ਼, ਆਪਣਾ ਇਲਾਕਾ ਛੱਡ ਕੇ ਪਰਾਏ ਦੇਸ਼ ਵਿੱਚ ਫਿਰ ਰਹੇ ਹੋਣ, ਪਰਾਏ ਇਲਾਕੇ ਦੇ ਵਿੱਚ ਫਿਰ ਰਹੇ ਹੋਣ, ਸੋ ਪਰਾਇਆ ਦੇਸ਼ ਤੋਂ ਭਾਵ ਹੀ ਪਰ ਦੇਸ਼ ਹੈ, ਬੇਗਾਨਾ ਦੇਸ਼ ਹੈ, ਆਪਣਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਅਸੀਂ ਪਰਦੇਸ਼ੀ ਹਾਂ ਔਰ ਅਸੀਂ ਆਪਣਾ ਦੇਸ਼ ਇਲਾਕਾ ਛੱਡ ਕੇ ਆਏ ਹਾਂ। ਲਖੋ ਭੇਸ ਦਰਵੇਸ਼ ਹਮਾਰੋ ਦੇਸ਼ ਵਿਦੇਸ਼ ਨਹਿਰੇ। ਗੁਰੂ ਸਾਹਿਬ ਕਹਿੰਦੇ ਸਾਡਾ ਇੱਥੇ ਨੇੜੇ ਤੇੜੇ ਘਰ ਕੋਈ ਨਹੀਂ ਹੈ, ਸਾਡਾ ਘਰ, ਸਾਡਾ ਇਲਾਕਾ, ਸਾਡਾ ਦੇਸ਼ ਦੂਰ ਹੈ, ਔਰ ਸਾਡਾ ਜਿਹੜਾ ਅਸੀਂ ਆਏ ਕਾਹਦੇ ਵਾਸਤੇ, ਕਹਿੰਦੇ ਦੇਸ਼ ਵਿਦੇਸ਼ ਨਹਿਰੇ, ਅਸੀਂ ਰਟਨ ਕਰਨਾ, ਅਸੀਂ ਸਾਰੇ ਪਾਸੇ ਘੁੰਮ ਫਿਰ ਕੇ ਵੇਖ ਰਹੇ ਹਾਂ। ਇੱਕ ਬੇਨਤੀ ਤੁਹਾਡੇ ਸਨਮੁੱਖ ਇੱਥੇ ਰੁਕ ਕੇ ਥੋੜ੍ਹੀ ਜਿਹੀ ਕਰਨੀ ਚਾਹੁੰਦਾ, ਹੋਰ ਵੀ ਐਸੇ ਲੋਕ ਹੋਣਗੇ ਧਰਮੀ ਪੁਰਸ਼ਾਂ ਤੋਂ ਇਲਾਵਾ, ਬਹੁਤ ਸਾਰੇ ਇਤਿਹਾਸਕਾਰ ਵੀ ਐਸੇ ਹੁੰਦੇ ਨੇ, ਖੋਜੀ ਵੀ ਐਸੇ ਹੁੰਦੇ ਨੇ, ਜਿਹੜੇ ਵੱਖ ਵੱਖ ਪਿੰਡਾਂ, ਸ਼ਹਿਰਾਂ, ਕਸਬਿਆਂ, ਦੇਸ਼ਾਂ, ਪ੍ਰਦੇਸ਼ਾਂ ਦਾ ਰਟਨ ਕਰਦੇ ਨੇ, ਔਰ ਉਹਨਾਂ ਨੇ ਸਾਰਾ ਜੀਵਨ ਜਿਹੜਾ ਸੀ ਬਸ ਕਦੇ ਇੱਧਰਲੇ ਦੇਸ਼ ਦੀ ਟਿਕਟ ਲੈ ਲਈ, ਇੱਧਰ ਨੂੰ ਚੱਲ ਪਏ, ਕਦੇ ਉੱਧਰ ਨੂੰ ਚੱਲ ਪਏ, ਕਦੇ ਉੱਧਰ ਨੂੰ, ਉਹਨਾਂ ਦਾ ਘੁੰਮਣ ਦਾ ਸੁਗਲ ਹੁੰਦਾ ਇੱਕ ਵੀ ਆਪਾਂ ਘੁੰਮੀਏ, ਦੇਖੀਏ ਵੱਖਰਾ ਵੱਖਰਾ ਕਲਚਰ ਲੋਕਾਂ ਦਾ, ਕੈਸੇ ਕੈਸੇ ਲੋਕ ਕਿਵੇਂ ਕਿਵੇਂ ਰਹਿੰਦੇ ਨੇ, ਔਰ ਉਹਨਾਂ ਦਾ ਆਪਣਾ ਆਪਣਾ ਪਰਪਜ ਹੁੰਦਾ, ਕੋਈ ਆਪਣੇ ਕਾਰੋਬਾਰ ਨੂੰ, ਵਪਾਰ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਮੇਰੀ ਸੈਟਿੰਗ ਕਿੱਥੇ ਆਵੇਗੀ। ਜਾਣੀ ਕਿ ਐਸੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਕਹਿੰਦੇ ਅਸੀਂ ਤਾਂ 20 ਕੰਟਰੀਆਂ 'ਚ ਘੁੰਮਾਂ ਹਾਂ, ਅਸੀਂ ਤਾਂ 15 ਕੰਟਰੀਆਂ 'ਚ ਘੁੰਮਾਂ ਹਾਂ, ਅਸੀਂ ਤਾਂ ਇੰਨੇ ਦੇਸ਼ਾਂ 'ਚ ਆਏ ਹਾਂ, ਉੱਥੇ ਸਾਡਾ ਕਾਰੋਬਾਰ ਨਹੀਂ ਸੈੱਟ ਬੈਠਿਆ, ਉੱਥੋਂ ਦੇ ਕਾਨੂੰਨ ਨੇ ਸਾਨੂੰ ਬੈਠ ਬੈਠੇ, ਉੱਥੇ ਦੀ ਸੰਸਕ੍ਰਿਤੀ ਨੇ ਸਾਨੂੰ ਫਿੱਟ ਬੈਠੀ, ਜਾਂ ਸਾਡੇ ਬੱਚਿਆਂ ਦੀ ਸੈਟਿੰਗ ਨਹੀਂ ਹੋਈ ਇਤਿਆਦਿਕ। ਬਹੁਤ ਸਾਰੇ ਰੀਜ਼ਨ ਹੋਣਗੇ, ਬਹੁਤ ਸਾਰੇ ਕਾਰਨ ਹੋਣਗੇ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਘੁੰਮਣ ਦੇ। ਇੱਥੇ ਮੈਨੂੰ ਕਈ ਵਾਰ ਇਸ ਤਰ੍ਹਾਂ ਸੱਜਣ ਮਿਲਦੇ ਨੇ, ਗਿਆਨੀ ਜੀ 20 ਦੇਸ਼ਾਂ 'ਚ ਘੁੰਮਾਂ ਆ, ਪਰ ਉਹਨਾਂ ਦਾ ਪਰਪਜ਼ ਹੋਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਦੇਸ਼ ਵਿਦੇਸ਼ ਨਹਿਰਾ, ਇਹ ਕੋਈ ਸ਼ੁਗਲ ਨਹੀਂ ਕਰਦੇ ਫਿਰਦੇ। ਗੁਰੂ ਸਾਹਿਬ ਜੀ ਦਾ ਪਰਪਜ਼ ਕੀ ਹੈ? ਤਪਦੀ ਹੋਈ ਲੁਕਾਈ ਨੂੰ, ਵਿਸ਼ੇ ਵਿਕਾਰਾਂ ਦੇ ਵਿੱਚ ਗਰਕ ਹੋਈ ਰਹੀ ਲੁਕਾਈ ਨੂੰ, ਕਰਮ ਕਾਂਡਾਂ, ਪਾਖੰਡਾਂ, ਫੋਕੀਆਂ, ਰੀਤੀਆਂ, ਰਸਮਾਂ ਵਿੱਚ ਉਲਝੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ। ਜਦੋਂ ਤੁਸੀਂ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਸਿੱਧ ਗੋਸ਼ਟ ਪੜ੍ਹੋਗੇ ਨਾ, ਰਾਮਕਲੀ ਰਾਗ ਦੇ ਅੰਦਰ ਸਿੱਧਾ ਨਾਲ ਲੰਮੀ ਚੌੜੀ ਗੋਸ਼ਟ ਹੈ ਔਰ ਸਵਾਲ ਜਵਾਬ ਹੁੰਦੇ ਨੇ, ਉਹ ਸਿੱਧ ਗੁਰੂ ਸਾਹਿਬ ਨੂੰ ਇਹ ਸਵਾਲ ਕਰਦੇ ਨੇ, ਗੁਰੂ ਸਾਹਿਬ ਜੀ ਦੇ ਉੱਪਰ ਕੁਐਸਚਨ ਪੁੱਟ ਕਰਦੇ ਨੇ ਵੀ ਤੁਸੀਂ ਆਹ ਬਾਣਾ ਕਿਹੋ ਜਿਹਾ ਪਾਇਆ, ਸੈਕਿੰਡ ਤੁਸੀਂ ਬਾਹਰ ਘਰ ਬਾਰ ਕਿਉਂ ਛੱਡਿਆ, ਬੱਚੇ ਤੁਹਾਡੇ ਹੈ ਨਹੀਂ? ਕਹਿੰਦੇ ਹੈਗੇ ਨੇ, ਪਰਿਵਾਰ ਹੈਗਾ, ਮਾਤਾ ਪਿਤਾ ਵੀ ਨੇ ਮੇਰੇ, ਮੇਰੀ ਪਤਨੀ ਵੀ ਹੈ, ਮੇਰੇ ਬੱਚੇ ਨੇ, ਮੇਰਾ ਆਪਣਾ ਪਰਿਵਾਰ ਹੈ, ਮੇਰਾ ਆਪਣਾ ਕੰਮ ਕਾਰ ਹੈ, ਤੇ ਤਿਆਗਿਆ ਕਿਉਂ ਹੈ? ਸਿੱਧ ਕਹਿੰਦੇ ਸੀ ਪਤਾ ਨਹੀਂ ਸਾਡੇ ਵਾਂਗ ਛੱਡ ਕੇ ਆ ਗਏ ਨੇ, ਗੁਰੂ ਸਾਹਿਬ ਨੇ ਉੱਦਾਂ ਵੀ ਨਹੀਂ ਤਿਆਗਿਆ, ਯਾਦ ਰੱਖਿਓ। ਔਰ ਨਿਰਾ ਗੁਰੂ ਸਾਹਿਬ ਜੀ ਸ਼ੁਗਲ ਵੀ ਨਹੀਂ ਕਰਦੇ ਫਿਰਦੇ ਵੀ ਘੁੰਮਣ ਫਿਰਨ ਗਏ ਨੇ, ਐਸ਼ੋ ਆਰਾਮ ਕਰਨ ਗਏ ਨੇ, ਐਸਾ ਵੀ ਨਹੀਂ ਹੈ। ਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਬੱਖਰ ਕੇ ਤੁਮ ਬਣ ਜਾ ਰਹੇ, ਉਹ ਸਿੱਧਾਂ ਦੇ ਸਵਾਲ ਸੀਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਸ਼ਬਦ ਮੌਜੂਦ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਖੋਜਤ ਭਏ ਉਦਾਸੀ,
ਅਸੀਂ ਤੇ ਗੁਰਮੁਖਾਂ ਦੀ ਭਾਲ ਵਿੱਚ ਨਿਕਲੇ ਹਾਂ, ਅਸੀਂ ਤੇ ਰੱਬ ਦੇ ਪਿਆਰਿਆਂ ਦੀ ਭਾਲ ਵਿੱਚ ਨਿਕਲੇ ਹਾਂ। ਸੋ ਕਹਿਣ ਦਾ ਭਾਵ ਇੱਥੇ ਮੈਂ ਤਾਂ ਬੇਨਤੀ ਕੀਤੀ ਹੈ, ਕਹਿ ਨਾਨਕ ਪਰਦੇਸੀ ਹਮ ਹੈ, ਅਸੀਂ ਹੈ ਪਰਦੇਸੀ ਹਾਂ, ਪਰਦੇਸ਼ ਵਿੱਚ ਹਾਂ, ਔਰ ਨਹੀਂ ਨਿਕੇਤਕ ਨੇਰਾ ਘਰ ਸਾਡਾ ਨੇੜੇ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨੇ ਸਾਡਾ ਪਹਿਰਾਵਾ ਤੁਹਾਨੂੰ ਦਿਸ ਰਿਹਾ, ਫਕੀਰੀ ਪਹਿਰਾਵਾ ਸਾਡਾ, ਪਰ ਦੇਸ਼ ਵਿਦੇਸ਼ਾਂ ਨਹੇਰਿਆ, ਅਸੀਂ ਦੇਸ਼ਾਂ ਵਿਦੇਸ਼ਾਂ ਨੂੰ ਵੇਖਦੇ ਹਾਂ। ਔਰ ਗੁਰੂ ਸਾਹਿਬ ਜੀ ਦੇ ਵੇਖਣ ਦਾ ਭਾਵ ਕੀ ਸੀ? ਉਂਝ ਤੇ ਗਰੀਬ ਨਵਾਜ ਨੇ ਆਪਣੀ ਸੁਰਤੀ ਨੂੰ ਉੱਚੀਆਂ ਕਰਕੇ ਵੇਖ ਲਿਆ ਸੀ, ਘਰ ਬੈਠਿਆਂ ਹੀ ਸਾਰਾ ਕੁਝ ਵੇਖ ਲਿਆ ਸੀ, ਬੇਈ ਚ ਇਸ਼ਨਾਨ ਕਰਨ ਗਿਆ ਨੇ ਸਾਰਾ ਕੁਝ ਵੇਖ ਲਿਆ ਸੀ। ਬਾਬਾ ਦੇਖੈ ਧਿਆਨ ਧਰ ਜਲ ਤੀ ਸਭ ਪ੍ਰਿਥਵੀ ਦਿਸਿਆਈ, ਇਹ ਤੇ ਗਰੀਬ ਨਵਾਜ ਨੇ ਵੇਖ ਲਿਆ ਸੀ ਵੀ ਸਾਰੀ ਪ੍ਰਿਥਵੀ, ਸਾਰੀ ਲੁਕਾਈ ਸੜ ਰਹੀ ਹੈ, ਸਵਾਹ ਹੋ ਰਹੀ ਹੈ, ਵਿਕਾਰਾਂ ਦੀ ਅੱਗ ਚ ਗਰਕ ਹੋ ਰਹੀ ਹੈ। ਪਰ ਗੁਰੂ ਸਾਹਿਬ ਜੀ ਇਹ ਦੇਖ ਕੇ ਵੀ ਸਾਰੀ ਲੁਕਾਈ ਸੜ ਰਹੀ ਹੈ, ਘਰੇ ਨਹੀਂ ਸੀ ਬੈਠੇ ਵੀ ਆਪਾਂ ਬਾਹਰ ਨਹੀਂ ਨਿਕਲਣਾ, ਵੀ ਸਾਰੇ ਤੇ ਸੜ ਰਹੇ ਨੇ, ਆਪਾਂ ਘਰੇ ਮੌਜ ਨਾਲ ਬੈਠੀਏ। ਗੁਰੂ ਸਾਹਿਬ ਦੇ ਅੰਦਰ ਤੜਪ ਹੈ, ਉਹਨਾਂ ਦਾ ਦਰਦ ਹੈ, ਉਹਨਾਂ ਦੀ ਪੀੜ ਹੈ, ਗੁਰੂ ਸਾਹਿਬ ਉਹਨਾਂ ਦੀ ਜਿਹੜੀ ਹੈ ਦੁੱਖ ਮਹਿਸੂਸ ਕਰ ਰਹੇ ਨੇ। ਤੇ ਇਸੇ ਕਰਕੇ ਫਿਰ ਗੁਰੂ ਸਾਹਿਬ ਨੇ ਚੜ੍ਹਿਆ ਸੋਧਣ ਧਰ ਤੋਂ ਲੁਕਾਈ ਦੇ ਮਹਾਂਵਾਕ ਅਨੁਸਾਰ, ਗੁਰੂ ਸਾਹਿਬ ਜੀ ਦੇ ਜਾਣ ਦਾ ਮਤਲਬ ਲੁਕਾਈ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਨਾ, ਔਰ ਉਹਨਾਂ ਦੇ ਜੀਵਨ ਦੇ ਵਿੱਚ ਆਏ ਹੋਏ ਗਿਰਾਵਟ ਨੂੰ ਦੂਰ ਕਰਨਾ। ਚਲੋ ਵਿਸਥਾਰ 'ਚ ਨਾ ਜਾਵਾਂ, ਪਰ ਮੈਂ ਇਹ ਤੁਹਾਡੇ ਸਨਮੁੱਖ ਤਾਂ ਬੇਨਤੀ ਕਰ ਰਿਹਾ ਵੀ ਗੁਰੂ ਸਾਹਿਬ ਜੀ ਦਾ ਪਰਪਜ਼ ਘਰ ਛੱਡ ਕੇ ਜਾਣ ਦਾ ਕੀ ਹੈ? ਪਰਉਪਕਾਰ ਹੈ। ਦੇਖਿਓ ਤੁਸੀਂ ਗੁਰੂ ਸਾਹਿਬ ਕਿੱਥੇ ਕਿੱਥੇ ਜਾਂਦੇ ਨੇ, ਔਰ ਇੱਥੇ ਭਾਈ ਲਾਲੋ ਨੂੰ ਗੁਰੂ ਸਾਹਿਬ ਆਪਣੇ ਬਾਰੇ, ਆਪਣੇ ਆਉਣ ਦੇ ਕਾਰਨ ਬਾਰੇ ਕਹਿ ਰਹੇ ਹਨ। ਛਪੈ ਛੰਦ ਦਰਸ਼ਨ ਪਰਸਤ ਮ੍ਰਿਤਕ ਲੋਖ ਸ਼ੁਭ ਬਦਨ ਬਿਰਾਜੇ ਹੈ। ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਹੀ ਸਾਰੇ ਕਲਖ ਦਾ ਅਰਥ ਹੁੰਦਾ ਕਲਹਿ ਕਲੇਸ਼ ਮਿਟਦੇ ਨੇ, ਸ਼ੁਭ ਬਦਨ ਬਿਰਾਜੇ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤਿਆਂ, ਸ਼ੁਭ ਦੀਦਾਰ ਕੀਤਿਆਂ, ਜਨਮ ਮਰਨ ਭਵ ਮਦ ਨਸ਼ਟ ਕਰ ਤਮ ਤਨ ਸਾਜੇ। ਕਹਿਣ ਲੱਗੇ ਜਨਮ ਮਰਨ ਦਾ ਜਿਹੜਾ ਵੱਡਾ ਦੁੱਖ ਹੈ ਉਹ ਵੀ ਖਤਮ ਹੋ ਜਾਂਦਾ, ਨਸ਼ਟ ਹੋ ਜਾਂਦਾ, ਕਰ ਤਨ ਤਮ ਸਾਜੇ, ਔਰ ਹਨੇਰਾ ਵੀ, ਤਮ ਦਾ ਅਰਥ ਹਨੇਰਾ ਹੁੰਦਾ, ਗਿਆਨ ਤਾਂ ਰੂਪੀ ਹਨੇਰਾ ਦੂਰ ਹੁੰਦਾ ਹੈ। ਹਮ ਸਮ ਨਰ ਅਗ ਕਰ ਤਤਨ ਹੈ ਆਪ ਪਾਵਾ ਵਰਗੇ ਉਦਾਰ ਹੈ। ਹੁਣ ਭਾਈ ਲਾਲੋ ਇਹ ਕਹਿ ਰਿਹਾ, ਕਹਿੰਦਾ ਸਾਡੇ ਵਰਗੇ ਬਹੁਤ ਵੱਡੀ ਗਿਣਤੀ ਚ ਪਾਪੀ ਕੁਕਰਮੀ ਔਰ ਅਗਿਆਨੀ ਬੇਸਮਝ ਤੇ ਤੁਸੀਂ ਸਾਰਿਆਂ ਨੂੰ ਪਾਰ ਲਾਉਣ ਵਾਲੇ ਹੋ। ਉਪਜਤ ਸੁਖ ਔਰ ਮਦ ਸੁਣਤ ਹੋ ਬਚਨ ਤਿਹਾਰੇ, ਤੁਹਾਡੇ ਬਚਨ ਸੁਣਿਆ ਮੇਰੇ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ, ਮੇਰੀਆਂ ਅੱਖਾਂ ਨੂੰ ਟਿਕਾ ਮਿਲਿਆ ਹੈਗਾ। ਕਹਿਣ ਦਾ ਭਾਵ ਉਹ ਜਿਵੇਂ ਗੁਰੂ ਸਾਹਿਬ ਜੀ ਦਰਸ਼ਨ ਕਰਕੇ ਪ੍ਰਭਾਵਿਤ ਹੋਇਆ, ਜੋ ਉਹਨੂੰ ਫੀਲ ਹੋ ਰਿਹਾ, ਮਹਿਸੂਸ ਹੋ ਰਿਹਾ, ਉਹ ਕਹਿ ਰਿਹਾ ਜੀ, ਸੁਖ ਕੰਧ ਮਕੰਧ ਸੋ ਸੰਤ ਹੋ ਨਾਮ ਉਚਾਰਨ ਨਿਜ ਕਰੋ। ਤੁਸੀਂ ਸੁੱਖਾਂ ਦੇ ਘਰ ਹੋ ਤੇ ਤੁਸੀਂ ਮੁਕਤੀ ਦੇ ਦਾਤੇ ਹੋ ਤੇ ਤੁਸੀਂ ਸੰਤਾਂ ਦੇ ਸੰਤ ਹੋ ਤੇ ਨਾਮ ਉਚਾਰਨ ਨਿਜ ਕਰੋ। ਉਹ ਕਹਿੰਦਾ ਜੀ ਮੈਨੂੰ ਆਪਣਾ ਨਾਮ ਤਾਂ ਦੱਸ ਦਿਓ, ਇਹ ਤੇ ਤੁਸੀਂ ਦੱਸਤਾ ਵੀ ਅਸੀਂ ਪਰਦੇਸੀ ਹਾਂ, ਪ੍ਰੋਪਰ ਇਹ ਨਹੀਂ ਦੱਸਿਆ ਵੀ ਕਿਹੜੇ ਦੇਸ਼ ਦੇ ਰਹਿਣ ਵਾਲੇ ਹਾਂ। ਜਿਹੜਾ ਵੀ ਕੋਈ ਬੰਦਾ ਪਰਦੇਸੀ ਹੁੰਦਾ ਹੈ ਔਰ ਉਹ ਕਿਸੇ ਦੇਸ਼ ਵਿੱਚ ਜਾ ਕੇ ਪਰਦੇਸੀ ਹੁੰਦਾ, ਪਰ ਉਹਦਾ ਆਪਣਾ ਕੋਈ ਨਾ ਕੋਈ ਦੇਸ਼ ਹੁੰਦਾ, ਕੋਈ ਨਾ ਕੋਈ ਉਹਦਾ ਆਪਣਾ ਇਲਾਕਾ ਤੇ ਹੁੰਦਾ ਹੀ ਹੈ। ਵੱਖਰੀ ਗੱਲ ਆ ਉਹ ਆਪਣਾ ਇਲਾਕਾ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਕੰਟਰੀ ਦੇ ਵਿੱਚ ਕਿਸੇ ਹੋਰ ਦੇਸ਼ ਦੇ ਵਿੱਚ ਰਹਿਣ ਲੱਗ ਜਾਂਦਾ, ਔਰ ਜਿਵੇਂ ਇੱਥੇ ਤਕਰੀਬਨ 50-60 ਦੇਸ਼ਾਂ ਦੇ ਲੋਕ ਲੈਂਦੇ ਨੇ, ਔਰ ਪਰ ਉਹਨਾਂ ਦੇ ਆਪਣੇ ਆਪਣੇ ਦੇਸ਼ ਨੇ, ਉਹਨਾਂ ਦੇ ਆਪਣੇ ਆਪਣੇ ਇਲਾਕੇ ਨੇ। ਇਸ ਕਰਕੇ ਭਾਈ ਲਾਲੋ ਨੇ ਫਿਰ ਪੁੱਛਿਆ ਜੀ, ਤੁਮ ਚਰਨ ਸ਼ਰਨ ਮਨ ਪਰਣ ਮਮ ਕਰੁਣਾ ਕਰ ਕਰੁਣਾ ਟਰੋ। ਕਹਿਣ ਲੱਗਿਆ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਂ ਤੁਹਾਡੇ ਚਰਨਾਂ 'ਤੇ ਨਮਸਕਾਰ ਕਰਦਾ, ਮੇਰੇ 'ਤੇ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਥੋੜ੍ਹਾ ਜਿਹਾ ਆਪਣੇ ਨਾਮ ਬਾਰੇ ਦੱਸੋ ਇਤਿਆਦਕ। ਉਹਨੇ ਜੋ ਪਹਿਲਾਂ ਬੇਨਤੀਆਂ ਕੀਤੀਆਂ ਸੀ ਦੁਬਾਰਾ ਕੀਤੀਆਂ ਜੀ। ਦੋਹਰਾ ਬੋਲੇ ਸ਼੍ਰੀ ਮੁਖ ਸੋ ਬਚਨ ਜਾਣ ਜਾਹੋਗੇ ਆਪ। ਗੁਰੂ ਸਾਹਿਬ ਜੀ ਨੇ ਫਿਰ ਥੋੜ੍ਹਾ ਮੁਸਕਰਾ ਕੇ ਥੋੜ੍ਹਾ ਹੱਸ ਕੇ ਆਖਿਆ, ਕਹਿੰਦੇ ਲਾਲੋ ਨੂੰ, ਕਹਿੰਦੇ ਕਾਹਲਾ ਕਾਹਨੂੰ ਪਈ ਜਾਂਦਾ, ਤੂੰ ਵਾਰ ਵਾਰ ਕਹੀ ਜਾਂਦਾ ਜੀ ਤੁਹਾਡਾ ਨਾਮ ਕੀ ਹੈ, ਤੁਹਾਡਾ ਇਲਾਕਾ ਕੀ ਹੈ, ਕੀ ਪਰਪਜ਼ ਹੈ। ਵੈਸੇ ਗੁਰੂ ਸਾਹਿਬ ਨੇ ਪਰਪਜ਼ ਦੱਸਤਾ, ਅਸਲ ਵਿੱਚ ਪਰਪਜ਼ ਇਹ ਵੱਡੀ ਗੱਲ ਹੁੰਦੀ ਹੈ। ਹੁਣ ਆਪਣੇ ਘਰ ਬੰਦਾ ਆਵੇ, ਕੋਈ ਕੋਈ ਵੀ ਆਵੇ ਮੰਨ ਲਓ, ਅਤੇ ਆਪਾਂ ਉਹਨੂੰ ਇਹ ਕਹੀ ਜਾਈਏ ਵੀ ਤੇਰਾ ਨਾਮ ਕੀ ਹੈ, ਤੇਰਾ ਇਲਾਕਾ ਕਿਹੜਾ ਹੈ, ਔਰ ਬੰਦਾ ਸਾਨੂੰ ਨਾਮ ਦੱਸ ਵੀ ਦੇਵੇ, ਫਿਰ ਕਿਹੜਾ ਸਾਡੀ ਗੱਲ ਬਣ ਜਾਣੀ ਆ। ਇਹ ਪੁੱਛਦੇ ਆਇਆ ਕੀ ਕਰਨਾ ਹੈ, ਨਾਮ ਉਹਦਾ ਕੋਈ ਵੀ ਹੋ ਸਕਦਾ, ਜਿਹੋ ਜਿਹਾ ਮਰਜ਼ੀ ਨਾਮ ਹੋਵੇ, ਮਸਲਾ ਹੁੰਦਾ ਵੀ ਤੁਸੀਂ ਆਏ ਕੀ ਕਰਨ। ਗੁਰੂ ਸਾਹਿਬ ਨੇ ਉਹ ਦੱਸਤਾ, ਕਹਿੰਦੇ ਭਾਈ ਅਸੀਂ ਤੇ ਇਸ ਕੰਮ ਵਾਸਤੇ ਆਏ ਹਾਂ, ਨਾਮ ਕੀ ਹੈ? ਕਹਿਣ ਲੱਗੇ ਆਪੇ ਜਾਣ ਜੋਗੇ।
ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਚੰਦ ਸਮੇਂ ਦੇ ਵਿੱਚ ਤੁਹਾਨੂੰ ਇਹ ਸਾਰੀ ਸਮਝ ਆ ਜਾਵੇਗੀ। ਅਬ ਬੈਸੋ ਕਿਰਤ ਕੋ ਕਰੋ ਹਰ ਹਰ ਜਪੀਐ ਜਾਪ। ਗੁਰੂ ਸਾਹਿਬ ਜੀ ਨੇ ਦੂਜੀ ਵਾਰ ਆਖਿਆ, ਤੁਸੀਂ ਬੜੇ ਧਿਆਨ ਨਾਲ ਸੁਣ ਰਹੇ ਹੋ। ਗੁਰੂ ਸਾਹਿਬ ਜੀ ਨੇ ਫਿਰ ਆਖਿਆ, ਕਹਿੰਦੇ ਬੈਠ ਬਾਲੋ, ਮਾਫ ਕਰਨਾ ਲਾਲੋ, ਤੂੰ ਬੈਠ ਕੇ ਆਪਣੇ ਕੰਮ ਵੱਲ ਧਿਆਨ ਦੇ, ਤੂੰ ਆਪਣਾ ਕੰਮ ਕਰ, ਅਸੀਂ ਤੇਰੇ ਕੋਲ ਬੈਠਨੇ ਆ, ਐਸੇ ਤਰ੍ਹਾਂ ਆਪਾਂ ਗੱਲਾਂ ਹੋਣੀਆਂ ਨੇ। ਗੁਰੂ ਸਾਹਿਬ ਨੇ ਨਹੀਂ ਆਖਿਆ ਵੀ ਤੂੰ ਕੰਮ ਛੱਡ ਕੇ ਹੱਥ ਪੈਰ ਧੋ ਕੇ ਇਸ਼ਨਾਨ ਪਾਣੀ ਕਰਕੇ ਕੱਪੜੇ ਬਦਲ ਕੇ ਤੇ ਅਸੀਂ ਮਹਾਤਮਾ ਦੇ ਸਾਡੇ ਕੋਲ ਬੈਠ ਤੇ ਐਸੇ ਤਰ੍ਹਾਂ ਨਹੀਂ ਆਉਣਾ ਤੂੰ। ਗੁਰੂ ਸਾਹਿਬ ਕਹਿੰਦੇ ਤੂੰ ਕੰਮ ਕਰ, ਕੰਮ ਵੱਲ ਧਿਆਨ ਦੇ, ਤੇਰਾ ਕੰਮ ਨਹੀਂ ਛਡਾਉਣਾ ਹੈ। ਸਾਨੂੰ ਤੇ ਕੰਮ ਕਰਨ ਵਾਲੇ ਲੋਕ ਚੰਗੇ ਲੱਗਦੇ ਨੇ, ਸਾਨੂੰ ਤੇ ਕਿਰਤੀ ਲੋਕ ਚੰਗੇ ਲੱਗ। ਗੁਰੂ ਸਾਹਿਬ ਦਾ ਉਹਦੇ ਉੱਥੇ ਜਾਣਾ ਹੀ ਇਹ ਮੁੱਖ ਕਾਰਨ ਸੀਗਾ। ਤੇ ਬੇਲਰਾਂ ਨੂੰ ਤੇ ਗੁਰੂ ਦੇਵ ਨੇ ਪਿਆਰ ਕੀਤਾ ਹੀ ਨਹੀਂ ਕਦੇ, ਉਹਨਾਂ ਨੂੰ ਤੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਤਰਕਾਰਾਂ ਪਾਈਆਂ ਨੇ, ਲਾਹਣਤਾਂ ਪਾਈਆਂ ਨੇ। ਸੋ ਇੱਥੇ ਜਿਹੜਾ ਹੈ ਗੁਰੂ ਸਾਹਿਬ ਭਾਈ ਲਾਲੋ ਨੂੰ ਕਹਿੰਦੇ ਤੈਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ, ਤੂੰ ਆਪਣੇ ਕੰਮ ਵੱਲ ਧਿਆਨ ਦੇਣਾ ਕਰ। ਦਵਾਈਆ ਛੰਦ ਪਰਟੋ ਤਪਾਇਕ ਸ਼੍ਰੀ ਨਾਨਕ ਪਾਹਤੋ ਤੁਮ ਸੋ। ਔਰ ਜਦੋਂ ਨਾ ਇਹ ਉਹ ਗੁਰੂ ਸਾਹਿਬ ਨੇ ਆਖਿਆ, ਭਾਈ ਲਾਲੋ ਦੇ ਮਨ ਚ ਆਇਆ, ਕਿਉਂਕਿ ਉਹਨੇ ਸੁਣਿਆ ਸੀ ਗੁਰੂ ਸਾਹਿਬ ਜੀ ਦਾ ਇਸ ਵੇਲੇ ਤੱਕ ਪ੍ਰਤਾਪ ਫੈਲ ਚੁੱਕਿਆ ਸੀ, ਭਾਵੇਂ ਅੱਜ ਵਰਗਾ ਜ਼ਮਾਨਾ ਤੇ ਨਹੀਂ ਸੀਗਾ, ਕਿਉਂਕਿ ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਸੀ ਉਹਨਾਂ ਦਾ ਉਸ ਇਲਾਕੇ 'ਚ ਬੋਲਬਾਲਾ ਹੁੰਦਾ ਸੀਗਾ, ਬਹੁਤੀ ਦੂਰ ਨਹੀਂ ਸੀ ਪਤਾ ਲੱਗਦਾ, ਬੜੇ ਲੋਕ ਸੀਗੇ, ਆਪਣੇ ਆਪਣੇ ਇਲਾਕੇ ਤੱਕ ਸੀਮਤ ਸੀਗੇ, ਕਿਉਂਕਿ ਸਾਧਨ ਕੋਈ ਨਹੀਂ ਸੀ, ਨਾ ਰੇਡੀਓ, ਨਾ ਟੀਵੀ, ਨਾ ਮੋਬਾਈਲ, ਨਾ ਕੋਈ ਆਵਾਜਾਈ ਦੇ ਸਾਧਨ। ਬੰਦਾ ਇਲਾਕੇ 'ਚ ਬੈਠਾ ਰਹਿੰਦਾ ਸੀ ਅਤੇ ਦੂਰ ਜਾਂਦਾ ਹੀ ਨਹੀਂ ਸੀ, ਜੇ ਜਾਂਦਾ ਸੀ ਕਿਤੇ ਤਾਂ ਹੀ ਆਪਾਂ ਕਹਿੰਦੇ ਸੀ 12 ਕੋ 'ਤੇ ਜਾ ਕੇ ਬੋਲੀ ਬਦਲ ਜਾਂਦੀ ਸੀ, ਕਿਉਂਕਿ ਬੰਦਾ ਸਾਧਨ ਪੈਦਲ ਸੀ, ਇੰਨੀ ਕੁ ਦੂਰ ਬੰਦਾ ਉਸ ਏਰੀਏ 'ਚ ਰਹਿੰਦਾ ਸੀ, ਸੀਮਤ ਦੇ ਏਰੀਏ 'ਚ। ਗੁਰੂ ਸਾਹਿਬ ਤੋਂ ਪਹਿਲਾਂ ਜਿੰਨੇ ਵੀ ਧਰਮਾਂ ਦੇ ਪੈਗੰਬਰ ਹੋਏ ਨੇ, ਅਵਤਾਰ ਹੋਏ ਨੇ, ਉਹਨਾਂ ਦਾ ਆਪਣਾ ਸੀਮਤ ਏਰੀਆ ਹੈਗਾ। ਤੁਸੀਂ ਹੈਰਾਨ ਹੋਵੋਗੇ, ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਦੇ ਪਹਿਲੇ ਅਵਤਾਰ ਨੇ ਜਿਨ੍ਹਾਂ ਨੇ 40-45 ਹਜ਼ਾਰ ਮੀਲ ਦਾ ਪੈਂਡਾ ਤੈਅ ਕੀਤਾ, ਕਿਸੇ ਵੀ ਪੈਗੰਬਰ ਦੇ ਇਸੇ ਗੱਲ ਨਹੀਂ ਆਈ। ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਸਾਰੇ ਆਪਣੀ ਜਗ੍ਹਾ ਮਹਾਨ ਨੇ, ਪਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਆਹ ਜਿਹੜੀ ਪੰਗਤੀ ਹੈ ਨਾ, ਇਹਨੂੰ ਟਾਈਟਲ ਬਣਾ ਕੇ ਭਾਈ ਵੀਰ ਸਿੰਘ ਜੀ ਹੋਰਾਂ ਨੇ ਇੱਕ ਬੁੱਕ ਲਿਖੀ ਹੈ, ਭਾਈ ਵੀਰ ਸਿੰਘ ਜੀ ਹੋਰੀ ਜਿਹੜੇ ਸੰਤ ਕਵੀ ਜਿਨ੍ਹਾਂ ਨੂੰ ਆਪਾਂ ਆਖਦੇ ਹਾਂ, ਉਹਨਾਂ ਨੇ ਇਸ ਟਾਈਟਲ ਦੇ ਹੇਠ, ਇਸ ਸਿਰਲੇਖ ਦੇ ਹੇਠ ਇੱਕ ਪੂਰੀ ਬੁੱਕ ਲਿਖੀ ਹੈ। ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਸਭ ਤੋਂ ਵੱਡਾ ਗੁਰੂ ਨਾਨਕ ਕਿੱਦਾਂ, ਸਭ ਤੋਂ ਵੱਡਾ ਕਿਉਂ ਕਹਿਤਾ, ਉਹਨਾਂ ਦੇ ਵੱਡੇ ਹੋਣ ਦਾ ਕਾਰਨ ਕੀ ਸੀ, ਸਿੱਧਾ ਨੇ ਉਹਨਾਂ ਨੂੰ ਕਿਉਂ ਆਖਿਆ ਸੀ ਹੱਥ ਜੋੜ ਕੇ ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਚਲੋ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਉਸ ਵੇਲੇ ਇਹ ਜਿਹੜਾ ਸੀ ਆਲੇ ਦੁਆਲੇ ਬਹੁਤ ਦੂਰ ਤੱਕ, ਖਾਸ ਕਰਕੇ ਧਰਮੀ ਲੋਕਾਂ ਤੱਕ ਗੁਰੂ ਸਾਹਿਬ ਜੀ ਦੀ ਗੱਲ ਪਹੁੰਚੀ ਹੋਈ ਸੀ, ਕਿਉਂਕਿ ਜਿਹੋ ਜਿਹਾ ਬੰਦਾ ਹੁੰਦਾ ਉਹਨੂੰ ਉਸ ਤਰ੍ਹਾਂ ਦਾ ਉਹ ਤੱਕ ਗੱਲ ਪਹੁੰਚ ਜਾਂਦੀ ਹੈ। ਅਤੇ ਇੱਥੇ ਜਦੋਂ ਗੁਰੂ ਸਾਹਿਬ ਨੇ ਕੁਝ ਐਸਾ ਆਖਿਆ, ਭਾਈ ਲਾਲੋ ਨੇ ਹੱਥ ਜੋੜੇ ਮੋੜ ਕੇ ਆਖਿਆ, ਕਹਿੰਦਾ ਸੁਣਿਆ ਕਿ ਇੱਕ ਨਾਨਕ ਨਾਮ ਦਾ ਤਪਾ ਹੋਇਆ, ਨਾਨਕ ਨਾਮੀ ਤਪਾ ਪ੍ਰਗਟ ਹੋਇਆ, ਔਰ ਉਹਦੇ ਮਨ 'ਚ ਆਇਆ ਕਿਤੇ ਤੁਸੀਂ ਉਹ 'ਤੇ ਨਹੀਂ ਹੋ, ਜਿਵੇਂ ਭਾਈ ਲਾਲੋ ਗੁਰੂ ਸਾਹਿਬ ਜੀ ਦੇ ਨਾਲ ਇਸ ਸਮੇਂ ਕਹਿਣ ਲੱਗਿਆ ਔਰ ਗੱਲ ਕਰਨ ਲੱਗਿਆ ਹੈ। ਨਹਿ ਸਮਾਨ ਰਾਵਰ ਕੋ ਦਿਸੈ ਖੋਜੋ ਦਸ ਦਿਸ਼ ਜੋ। ਕਹਿਣ ਲੱਗੇ ਨਹਿ ਸਮਾਨ ਤੇ ਮੈਨੂੰ ਤੇ ਤੁਸੀਂ ਨਾਨਕ ਤਪਾ ਲੱਗਦੇ ਹੋ, ਕਿਉਂਕਿ ਮੈਂ ਜਿਸ ਤਰ੍ਹਾਂ ਦਾ ਸੁਣਿਆ ਮੈਨੂੰ ਉਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ, ਤੁਹਾਡੇ ਵਰਗਾ ਹੋਰ ਕੋਈ ਮਨੁੱਖ ਵੀ ਮੈਨੂੰ ਨਹੀਂ ਦਿਸਦਾ, ਭਾਵੇਂ ਮੈਂ ਦਸੇ ਦਿਸਾਵਾਂ 'ਚ ਵੇਖਾਵਾਂ। ਦਿਸਾਵਾਂ 4 ਹੁੰਦੀਆਂ ਨੇ, 10 ਦਿਸਾਵਾਂ ਨਹੀਂ ਹੁੰਦੀਆਂ, ਪਰ ਤੁਸੀਂ ਬਾਣੀ 'ਚ ਵੀ ਇਹ ਵੇਖੋਗੇ, ਇਤਿਹਾਸ ਵਿੱਚ ਵੀ ਆਏਗਾ, 10 ਦਿਸਾਵਾਂ ਉੱਤਰ ਦੱਖਣ ਪੂਰਵ ਪੱਛਮ, 4-4 ਇਹਨਾਂ ਦੀਆਂ ਉਪ ਦਿਸਾਵਾਂ ਹੁੰਦੀਆਂ ਨੇ, ਅਤੇ ਫਿਰ ਜਿਹੜਾ ਸੀ ਉੱਪਰ ਅਤੇ ਹੇਠਾਂ ਹੁੰਦਾ, ਇਹ 10 ਇਸ ਤਰ੍ਹਾਂ ਬਣਦੀਆਂ ਨੇ, ਜਾਣੀ ਕਿ ਮੈਂ ਚਾਰੇ ਪਾਸੇ 10 ਪਾਸੇ ਉੱਪਰ ਹੇਠਾਂ ਜਿੱਥੇ ਮਰਜ਼ੀ ਜਾਇਆ ਮੈਂ ਤੁਹਾਡੇ ਵਰਗਾ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ। ਭਾਈ ਲਾਲੋ ਮਹਿਸੂਸ ਕਰ ਰਿਹਾ ਵੀ ਸ਼ਾਇਦ ਜਿਨ੍ਹਾਂ ਦੀਆਂ ਗੱਲਾਂ ਸੁਣੀਆਂ ਨੇ, ਨਾਨਕ ਤਪੇ ਦੀ ਗੱਲ ਸੁਣੀ ਹੈ, ਅਤੇ ਸ਼ਾਇਦ ਇਹ ਉਹੀ ਨੇ। ਔਰ ਉਹਨੇ ਆਖਿਆ ਵੀ ਮੈਨੂੰ ਤੁਸੀਂ ਉਹ ਲੱਗਦੇ ਹੋ, ਮੇਰੇ ਮਨ ਨੂੰ ਇਸ ਤਰ੍ਹਾਂ ਦੀ ਗੱਲ ਜਚ ਰਹੀ ਹੈ। ਤਦ ਪੇਪੀ ਤੁਮਰੇ ਬਿਨ ਭਾਖੇ ਨਹਿ ਆਵੇ ਪ੍ਰਤੀਤ। ਪਰ ਕਹਿੰਦਾ ਮੈਂ ਆਪਣੇ ਆਪ 'ਚ ਕਹੀ ਜਾਵਾਂ ਕੋਈ ਗੱਲ ਨਹੀਂ, ਫਿਰ ਵੀ ਜਿੰਨਾ ਚਿਰ ਤੁਸੀਂ ਨਹੀਂ ਕਹਿੰਦੇ ਵੀ ਹਾਂ ਮੈਂ ਉਹੀ ਹਾਂ, ਜਿੰਨਾ ਚਿਰ ਤੁਸੀਂ ਨਹੀਂ ਦੱਸਦੇ ਉਨਾ ਚਿਰ ਮੇਰੇ ਮਨ ਦੀ ਤਸੱਲੀ ਨਹੀਂ ਹੈ, ਉਨਾ ਚਿਰ ਇਹ ਗੱਲ ਮੰਨਣੀ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਔਖੀ ਹੈ। ਮੈਂ ਤੇ ਮੰਨਦਾ, ਪਰ ਤੁਸੀਂ ਦੱਸੋ ਕਿ ਤੁਸੀਂ ਨਾਨਕ ਨਾਮ ਹੀ ਤਪਾ ਹੈਗੇ ਹੋ,
ਭਾਈ ਲਾਲੋ ਆਪਣੇ ਢੰਗ ਦੇ ਨਾਲ ਗੁਰੂ ਸਾਹਿਬ ਜੀ ਨੂੰ ਪੁੱਛ ਰਿਹਾ ਹੈ। ਕਹੇ ਮਰਦਾਨਾ ਜਾਣੋ ਸੋ ਰੱਖੋ ਸ਼ਰਧਾ ਚੇਤ। ਗੁਰੂ ਸਾਹਿਬ ਤੇ ਚੁੱਪ ਨੇ, ਸਤਿਗੁਰੂ ਤੇ ਖੜੇ ਨੇ, ਕਹਿੰਦੇ ਆਪਣੇ ਆਪ ਪਤਾ ਲੱਗ ਜੂ। ਭਾਈ ਮਰਦਾਨੇ ਤੋਂ ਰਿਹਾ ਨਾ ਗਿਆ। ਭਾਈ ਮਰਦਾਨਾ ਯਕਦਮ ਮੋੜ ਕੇ ਭਾਈ ਲਾਲੋ ਨੂੰ ਕਹਿਣ ਲੱਗਿਆ, ਕਹਿੰਦਾ ਜੀ ਬਿਲਕੁਲ ਇਹ ਉਹੀ ਨੇ ਜੋ ਤੁਸੀਂ ਸਮਝਦੇ ਹੋ। ਇਹ ਭਾਵ ਨਾਨਕ ਤਪਾ ਹੀ ਹੈ, ਇਹ ਗੁਰੂ ਨਾਨਕ ਹੀ ਹੈ। ਤੁਸੀਂ ਠੀਕ ਸਮਝਿਆ, ਤੁਸੀਂ ਠੀਕ ਅੰਦਾਜ਼ਾ ਲਗਾਇਆ, ਔਰ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ। ਭਾਈ ਮਰਦਾਨਾ ਬੋਲਿਆ ਔਰ ਕਹਿਣ ਲੱਗਿਆ ਹੈ, ਸੁਣ ਕਰ ਕਹਿਤ ਭਇਓ ਬਚਨ ਲਾਲੋ ਕੌਣ ਵਰਨ ਤਵ ਨਾਮ। ਜਦੋਂ ਭਾਈ ਮਰਦਾਨਾ ਬੋਲਿਆ ਵੀ ਹਾਂ ਹਾਂ ਇਹ ਨਾਨਕ ਤਪਈ ਨੇ, ਇਹ ਨਾਨਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੱਖ ਵੱਖ ਦੇਸ਼ਾਂ ਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ। ਕਿਤੇ ਗੁਰੂ ਨਾਨਕ ਕਿਹਾ ਜਾਂਦਾ, ਕਿਤੇ ਨਾਨਕ ਤਪਾ ਕਿਹਾ ਜਾਂਦਾ, ਕਿਤੇ ਨਾਨਕ ਸ਼ਾਹ ਕਿਹਾ ਜਾਂਦਾ, ਕਿਤੇ ਨਾਨਕ ਫਕੀਰ ਕਿਹਾ ਜਾਂਦਾ, ਕਿਤੇ ਨਾਨਕ ਲਾਮਾ ਕਿਹਾ ਜਾਂਦਾ ਇਤਿਆਦਕ। ਸੋ ਵੱਖਰੇ ਵੱਖਰੇ ਦੇਸ਼ਾਂ ਚ ਗੁਰੂ ਸਾਹਿਬ ਦੇ ਵੱਖਰੇ ਵੱਖਰੇ ਨਾਮ ਹੈਗੇ ਨੇ। ਉਸ ਲੈਂਗੁਏਜ ਦੇ ਵਿੱਚ, ਉਸ ਭਾਸ਼ਾ ਚ ਗੁਰੂ ਸਾਹਿਬ ਜੀ ਨੂੰ ਉੱਥੋਂ ਦੇ ਲੋਕ ਉਸ ਤਰ੍ਹਾਂ ਯਾਦ ਕਰਦੇ ਨੇ। ਔਰ ਇੱਥੇ ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਭਾਈ ਮਰਦਾਨੇ ਨੇ ਆਖਿਆ ਭਾਈ ਲਾਲੋ ਨੂੰ ਵੀ ਹਾਂ ਹਾਂ ਇਹ ਨਾਨਕ ਤਪਾ ਹੀ ਨੇ, ਤੁਸੀਂ ਠੀਕ ਸਮਝਿਆ, ਭਾਈ ਲਾਲੋ ਨੇ ਯਕਦਮ ਤੇ ਮਰਦਾਨੇ ਨੂੰ ਸਵਾਲ ਕੀਤਾ, ਕਹਿੰਦਾ ਫਿਰ ਤੁਸੀਂ ਕੌਣ ਹੋ, ਤੁਹਾਡਾ ਵਰਨ ਕੀ ਹੈ, ਤੁਸੀਂ ਇਹਨਾਂ ਨਾਲ ਕਿਵੇਂ ਆਇਓ। ਭਾਵ ਭਾਈ ਲਾਲੋ ਨੇ ਸਮਝ ਲਿਆ ਵੀ ਇਹ ਗੁਰੂ ਨਾਨਕ ਨੇ, ਤੇ ਪਰਪਜ ਉਹਨਾਂ ਨੇ ਦੱਸਤਾ ਵੀ ਅਸੀਂ ਤੇ ਕਿਵੇਂ ਆਏ ਹੋਏ ਹਾਂ, ਤੇ ਹੁਣ ਕਹਿੰਦਾ ਫਿਰ ਤੁਸੀਂ ਦੱਸੋ ਤੁਸੀਂ ਇਹਨਾਂ ਦੇ ਨਾਲ ਕਿਵੇਂ ਆਇਓ, ਤੁਹਾਡਾ ਵਰਨ ਕੀ ਹੈਗਾ ਹੈ। ਸਰਬ ਬਿਰਤਾਂਤ ਜਨਾਬ ਹੋ ਆਪਣਾ ਕਿਹੇ ਅਸਥਾਨ ਧਾਮ। ਔਰ ਤੁਸੀਂ ਵੀ ਆਪਣੇ ਬਾਰੇ ਦੱਸੋ, ਤੁਹਾਡਾ ਸਥਾਨ ਕਿਹੜਾ, ਤੁਹਾਡਾ ਦੇਸ਼ ਇਲਾਕਾ ਕਿਹੜਾ ਹੈ। ਮਰਦਾਨਾ ਲੱਖ ਨਾਮ ਹਮਾਰ ਵਿਚਰਤੇ ਨੇ ਸਾਥ। ਭਾਈ ਮਰਦਾਨੇ ਨੇ ਹੱਥ ਜੋੜੇ, ਉਹ ਕਹਿਣ ਲੱਗਿਆ ਭਾਈ ਲਾਲੋ ਨੂੰ, ਕਹਿੰਦਾ ਜੀ ਮੈਨੂੰ ਮਰਦਾਨਾ ਕਹਿੰਦੇ ਨੇ, ਮੇਰਾ ਨਾਮ ਮਰਦਾਨਾ ਹੈ, ਔਰ ਵਿਚਰਤ ਇਨਕੇ ਸਾਥ, ਮੈਂ ਤੇ ਇਹਨਾਂ ਦੇ ਨਾਲ ਹੀ ਹਾਂ, ਬਸ ਜਿੱਧਰ ਨੂੰ ਇਹ ਜਾਂਦੇ ਨੇ ਪਿੱਛੇ ਪਿੱਛੇ ਮੈਂ, ਜਿੱਧਰ ਨੂੰ ਇਹ ਤੁਰਦੇ ਨੇ ਉੱਧਰ ਨੂੰ ਮੈਂ ਚਲਾ ਜਾਂਦਾ, ਮੇਰੀ ਆਪਣੀ ਕੋਈ ਮਰਜ਼ੀ ਨਹੀਂ, ਮੇਰੀ ਆਪਣੀ ਕੋਈ ਮੌਜ ਨਹੀਂ, ਮੈਂ ਇਹਨਾਂ ਦੇ ਨਾਲ ਹੀ ਰਹਿੰਦਾ ਹਾਂ। ਵੇਦੀ ਕੁਲ ਕੋ ਚੀਨ ਮਰਾਸੀ ਨਾਨਕ ਜੀ ਮਾਮਨਾਥ। ਔਰ ਮਰਦਾਨੇ ਨੇ ਬੜੀ ਸ਼ਰਧਾ ਨਾਲ ਆਖਿਆ ਭਾਈ ਲਾਲੋ ਨੂੰ, ਕਹਿੰਦਾ ਜੀ ਮੇਰੇ ਮਾਲਕ ਤੇ ਨਾਨਕ ਨੇ, ਮਾਮਨਾਥ, ਨਾਥ ਦਾ ਮਤਲਬ ਹੁੰਦਾ ਸਵਾਮੀ ਮਾਲਕ, ਕਹਿੰਦਾ ਮੇਰੇ ਮਾਲਕ ਜਿਹੜੇ ਨੇ, ਮੇਰੇ ਸਵਾਮੀ ਇਹੀ ਨੇ, ਮੈਂ ਇਹ ਬੇਦੀ ਕੁਲ ਦਾ ਮਰਾਸੀ ਹੈਗਾ। ਆਪਣੇ ਬਾਰੇ ਦੱਸਿਆ ਵੀ ਮੈਂ ਮਰਦਾਨਾ ਡੂਮ ਮਰਦਾਨਾ ਮਰਾਸੀ ਹਾਂ, ਤੇ ਇਹ ਮੇਰੇ ਨਾਥ ਹੈਗੇ ਨੇ, ਮੈਂ ਇਹਨਾਂ ਦੇ ਨਾਲ ਹੀ ਰਹਿਣਾ ਜਿੱਧਰ ਨੂੰ ਜਾਂਦੇ ਹਨ। ਬੰਦ ਉਭਹਿ ਕਰ ਬੰਧਨ ਕੀਨੀ ਸੁਣ ਕਰ ਲਾਲੋ ਤਬ ਹੀ। ਔਰ ਭਾਈ ਲਾਲੋ ਨੇ ਜਦੋਂ ਸੁਣਿਆ ਵੀ ਇਹ ਨਾਨਕ ਗੁਰੂ ਨੇ, ਨਾਨਕ ਤਪਾ ਨੇ, ਨਾਨਕ ਪੀਰ ਨੇ, ਤੇ ਇਧਰੋਂ ਇਹ ਇਹਨਾਂ ਦਾ ਜਿਹੜਾ ਸੀ ਸਾਥੀ ਹੈ, ਭਾਈ ਲਾਲੋ ਨੇ ਦੋਵਾਂ ਨੂੰ ਨਮਸਕਾਰ ਕੀਤੀ ਹੈ, ਕਹਿੰਦਾ ਧੰਨ ਗੁਰੂ ਸਾਹਿਬ, ਧੰਨ ਹੈ ਮਰਦਾਨੇ ਆ ਤੂੰ ਜਿਹੜਾ ਇਹਨਾਂ ਦੇ ਨਾਲ ਫਿਰ ਰਿਹਾ, ਇਹਨਾਂ ਦੀ ਸੰਗਤ ਤੈਨੂੰ ਮਿਲੀ ਹੈ, ਇਹਨਾਂ ਦਾ ਸਾਥ ਮਿਲਿਆ। ਦੋਵੇਂ ਹੱਥ ਜੋੜ ਕੇ ਭਾਈ ਲਾਲੋ ਨੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਜੀ, ਸੀਸ ਧਰਿਓ ਪਦ ਪੰਕਜ ਉੱਪਰ ਪ੍ਰਾਪਤ ਨਿਹਚਾ ਜਾਵਹੀ। ਔਰ ਇਹਨੇ ਗੁਰੂ ਸਾਹਿਬ ਦੇ ਚਰਨਾਂ ਤੇ ਫਿਰ ਸਿਰ ਰੱਖਿਆ। ਪਹਿਲਾਂ ਵੀ ਨਮਸਕਾਰ ਕੀਤੀ ਸੀ, ਪਹਿਲਾਂ ਅਣਜਾਣ ਪੁਣੇ ਦੇ ਵਿੱਚ ਸੀਗੀ ਵੀ ਕੋਈ ਸਤਪੁਰਸ਼ ਲੱਗਦੇ ਨੇ, ਕੋਈ ਧਰਮਾਤਮਾ ਨੇ, ਪਰ ਜਦੋਂ ਹੁਣ ਪ੍ਰੋਪਰ ਪਤਾ ਲੱਗ ਗਿਆ ਸਾਰਾ ਵੀ ਇਹ ਗੁਰੂ ਨਾਨਕ ਨੇ, ਤੇ ਭਾਈ ਲਾਲੋ ਨੇ ਗੁਰੂ ਸਾਹਿਬ ਜੀ ਨੂੰ ਨਿਹਚਾ ਹੋ ਗਿਆ ਤੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਤੇ ਰੱਖਿਆ, ਮੱਥਾ ਟੇਕ ਰਿਹਾ ਜੀ। ਸਾਦਰ ਸੋ ਤਬ ਮੰਚੜ ਸਾਹਿਬ ਬੈਸ ਗਏ ਤੇ ਕਲ। ਔਰ ਸ਼ਰਧਾ ਨਾਲ, ਭਾਵਨਾ ਨਾਲ, ਬੜੇ ਹੀ ਪ੍ਰੇਮ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ। ਉਪਰੰਤ ਫਿਰ ਇਹਨੇ ਗਰੀਬ ਨਿਵਾਜ ਵਾਸਤੇ, ਸਤਿਗੁਰਾਂ ਵਾਸਤੇ ਜਿਹੜਾ ਸੀ ਮੰਜਾ ਡਾਹਿਆ, ਮੰਚ ਦਾ ਅਰਥ ਮੰਜਾ ਹੁੰਦਾ, ਪਲੰਘ ਕਹਿ ਲਓ, ਔਰ ਸਾਦਰ ਦਾ ਅਰਥ ਹੁੰਦਾ ਸਤਿਕਾਰ ਨਾਲ ਗੁਰੂ ਸਾਹਿਬ ਜੀ ਵਾਸਤੇ ਜਿਹੜਾ ਸੀ ਮੰਜਾ ਡਾਹਿਆ, ਬਿਸਤਰਾ ਵਿਛਾਇਆ ਹੈ। ਸੁਖ ਸਾਗਰ ਪੂਰਨ ਜਗਦੀਸ਼ ਦਾਸ ਹੈ ਕਰਨ ਨਿਹਾਲ। ਔਰ ਭਾਈ ਸਾਹਿਬ ਜੀ ਮੁਤਾਬਕ ਗੁਰੂ ਸਾਹਿਬ ਜੀ ਨੂੰ ਇਹਨੇ ਬੇਨਤੀ ਕੀਤੀ ਤੇ ਸਤਿਗੁਰੂ ਜੀ ਔਰ ਭਾਈ ਲਾਲੋ ਦੇ ਡਾਹੇ ਹੋਏ ਮੰਜੇ ਦੇ ਉੱਪਰ ਬੈਠ ਗਏ ਨੇ। ਭਾਈ ਲਾਲੋ ਨੇ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤੇ ਸਤਿਗੁਰੂ ਸਾਹਿਬ ਨੇ ਉਹਦੀ ਇੱਛਾ ਮੁਤਾਬਕ ਔਰ ਉਹਦੀ ਬੇਨਤੀ ਨੂੰ ਮੰਨ ਕੇ ਜਦੋਂ ਮੰਜੇ ਦੇ ਉੱਪਰ ਬੈਠਣਾ ਕੀਤਾ, ਸੁਸ਼ੋਭਿਤ ਹੋਏ ਜੀ। ਆਏ ਸਪਾਏ ਅਸਨ ਕਰ ਬੇਹਿਤ ਗਮਨ ਲਾਲੋ ਤਬ ਹੀ। ਹੁਣ ਲਾਲੋ ਦੀ ਜਿਹੜੀ ਖੁਸ਼ੀ ਹੈ ਉਹਦਾ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ।
ਜਿਹੜੀ ਲਾਲੋ ਨੂੰ ਖੁਸ਼ੀ ਚੜ੍ਹੀ ਹੈ, ਚਾਅ ਚੜ੍ਹਿਆ ਹੈ, ਉਹਨੂੰ ਆਪਾਂ ਸ਼ਬਦਾਂ 'ਚ ਨਹੀਂ ਲਿਆ ਸਕਦੇ, ਕਿਉਂਕਿ ਸਾਨੂੰ ਕਈਆਂ ਦੇ ਆਉਣ 'ਤੇ ਖੁਸ਼ੀ ਮਿਲਦੀ ਹੈ, ਕੋਈ ਸਾਡਾ ਪਿਆਰਾ ਆ ਜਾਏ, ਪ੍ਰੇਮੀ ਆ ਜਾਏ, ਕੋਈ ਖਾਸ ਰਿਸ਼ਤੇਦਾਰ ਆ ਜਾਏ, ਔਰ ਅਸੀਂ ਕਹਿੰਦੇ ਹਾਂ ਜੀ ਬੈਠੋ ਤੁਸੀਂ ਇੱਕ ਸੈਕਿੰਡ ਬੈਠੋ, ਬਸ ਅਸੀਂ ਹੁਣੇ ਹੀ ਆਏ ਕਿਚਨ 'ਚ ਜਾ ਕੇ, ਅਸੀਂ ਕੁਝ ਖਾਣ ਪੀਣ ਵਾਲਾ ਉਸ ਤਰ੍ਹਾਂ ਦਾ ਪਹਿਲਾਂ ਲਿਆਉਂਦੇ ਹਾਂ ਜੀ, ਬਾਅਦ 'ਚ ਕਰਦੇ ਹਾਂ ਗੱਲ, ਅਗਲਾ ਬੇਸ਼ੱਕ ਕਹੀ ਜਾਏ ਵੀ ਕੋਈ ਨਹੀਂ ਬੈਠੋ, ਪ੍ਰੇਮ ਜਿੱਥੇ ਆਪਾਂ ਨੂੰ ਹੋਵੇ ਵੀ ਬਸ ਗੱਲਾਂ ਬਾਅਦ 'ਚ, ਪਹਿਲਾਂ ਤੁਹਾਡੇ ਲਈ ਅਸੀਂ ਪਾਣੀ, ਦੁੱਧ ਜਾਂ ਕੁਝ ਹੋਰ ਖਾਣ ਪੀਣ ਵਾਲੀ ਚੀਜ਼ ਲੈ ਕੇ ਆਉਂਦੇ ਹਾਂ, ਜਿੱਥੇ ਪ੍ਰੇਮ ਹੋਵੇ ਉੱਥੇ। ਹੁਣ ਭਾਈ ਲਾਲੋ ਨੂੰ ਜਦੋਂ ਲੱਗਿਆ ਪਤਾ ਵੀ ਇਹ ਸਤਿਗੁਰੂ ਜੀ ਨੇ, ਮਰਦਾਨੇ ਨੇ ਦੱਸਿਆ, ਮੰਜਾ ਡਾਹਿਆ, ਫਟਾਫਟ ਗੁਰੂ ਸਾਹਿਬ ਜੀ ਨੂੰ ਬਿਠਾਇਆ, ਕਹਿੰਦਾ ਜੀ ਬਸ ਮੈਂ ਆਇਆ, ਔਰ ਛੇਤੀ ਦੇ ਨਾਲ ਪ੍ਰਸ਼ਾਦਾ ਪਾਣੀ, ਭੋਜਨ ਪਾਣੀ, ਲੰਗਰ ਪਾਣੀ ਤਿਆਰ ਕਰਨ ਵਾਸਤੇ ਗਿਆ। ਕਹਿੰਦਾ ਬਾਕੀ ਗੱਲਾਂ ਬਾਅਦ 'ਚ, ਪਹਿਲਾਂ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ, ਮੈਂ ਤੁਹਾਡੀ ਸੇਵਾ ਕਰਨੀ ਹੈ। ਬੂਜਤ ਭਇਆ ਮਰਦਾਨਾ ਬਹੁਰ ਹਮ ਸੋ ਕਹੀਐ ਸਭ ਹੈ। ਹੁਣ ਜਦੋਂ ਭਾਈ ਲਾਲੋ ਤੇ ਪ੍ਰਸ਼ਾਦੇ ਪਾਣੀ ਵਾਲੇ ਪਾਸੇ ਤੁਰ ਪਿਆ, ਤੇ ਪਿੱਛੋਂ ਮਰਦਾਨਾ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਸਤਿਗੁਰੂ ਇਹਨੇ ਤੇ ਤੁਹਾਡੇ ਬਾਰੇ ਸਾਰਾ ਕੁਝ ਪੁੱਛ ਲਿਆ, ਮੇਰੇ ਬਾਰੇ ਵੀ ਪੁੱਛ ਲਿਆ, ਪਰ ਇਹ ਹੈ ਕੌਣ ਹੈ? ਭਾਵੇਂ ਦੱਸ ਕੇ ਤੁਰੇ ਸੀਗੇ ਪਰਸੋਂ, ਸ਼ਾਇਦ ਕੱਲ੍ਹ ਆਪਾਂ ਨੇ ਥੋੜ੍ਹਾ ਜਿਹਾ ਇਸ਼ਾਰਾ ਸਾਂਝਾ ਕੀਤਾ ਸੀ, ਪਰ ਕਹਿੰਦਾ ਜੀ ਹੁਣ ਇਹਦੇ ਬਾਰੇ ਤੇ ਸਾਰੀ ਗੱਲ ਦੱਸੋ, ਬਈ ਤੁਸੀਂ ਇਹਦੇ ਬਾਰੇ ਮੈਨੂੰ ਥੋੜ੍ਹਾ ਜਿਹਾ ਦੱਸਿਆ ਸੀ ਵੀ ਆਪਾਂ ਇਮਨਾਬਾਦ ਜਾਣਾ, ਪਰ ਬਾਕੀ ਇਹ ਤੋਂ ਬਾਅਦ ਮੈਨੂੰ ਕੁਝ ਨਹੀਂ ਦੱਸਿਆ, ਥੋੜ੍ਹਾ ਜਿਹਾ ਹੋਰ ਸਮਝਾਓ ਜੀ। ਕੌਣ ਹੈ ਇਹ ਮਾਨਵ ਸਵਾਮੀ ਜਿਹ ਪਰ ਕਰੁਣਾ ਕੀਨੀ? ਕਹਿਣ ਲੱਗਿਆ ਜੀ ਇਹ ਕੋਈ ਖਾਸ ਬੰਦਾ ਹੈ ਜਿਹਦੇ ਤੋਂ ਤੁਸੀਂ ਵਿਸ਼ੇਸ਼ ਤੌਰ 'ਤੇ ਕਿਰਪਾ ਕੀਤੀ ਹੈ, ਇਹਦੇ ਘਰ ਪਹੁੰਚੇ ਹੋ, ਇਹਦੇ ਘਰ ਬੈਠੇ ਹੋ, ਇਹਨੂੰ ਦਰਸ਼ਨ ਦਿੱਤੇ ਨੇ, ਇਹਦੇ ਨਾਲ ਬਚਨ ਬਿਲਾਸ ਹੋ ਰਹੇ ਨੇ, ਇਹ ਕੌਣ ਹੈ ਜਿਹਦੇ ਤੇ ਤੁਸੀਂ ਏਡੀ ਰਹਿਮਤ ਕਰ ਰਹੇ ਹੋ? ਭਾਗ ਬੜੇ ਇਹ ਦੀਸ਼ਤ ਮੋਕਹ ਬੁੱਧ ਭਗਤ ਮਹਿ ਪੀਨੀ। ਮਰਦਾਨਾ ਜੀ ਕਹਿੰਦੇ ਸਤਿਗੁਰਾਂ ਨੂੰ, ਕਹਿੰਦੇ ਸਤਿਗੁਰੂ ਮੈਨੂੰ ਇਹ ਕੋਈ ਵੱਡਿਆਂ ਭਾਗਾਂ ਵਾਲਾ ਲੱਗਦਾ, ਪਰ ਘਰ ਤੋਂ ਤਾਂ ਗਰੀਬ ਲੱਗਦਾ, ਘਰ ਦੇ ਕੰਮ ਕਾਰ ਪਤਾ ਹੀ ਲੱਗ ਜਾਂਦਾ ਆਪਾਂ ਜਿਸ ਦੇ ਘਰ ਦੇ ਵਿੱਚ ਜਾਈਏ, ਕਮਰਿਆਂ ਤੋਂ, ਮੰਜਿਆਂ ਤੋਂ, ਬਿਸਤਰਿਆਂ ਤੋਂ ਆਲੇ ਦੁਆਲੇ ਝਾਤ ਮਾਰ ਕੇ ਵੀ ਬੰਦਾ ਕਿੱਡਾ ਗਰੀਬ ਤੇ ਅਮੀਰ ਹੈਗਾ ਉਹ ਤੇ ਹਰ ਬੰਦੇ ਨੂੰ ਅੰਦਾਜ਼ਾ ਹੋ ਜਾਂਦਾ। ਮਰਦਾਨੇ ਨੇ ਆਖਿਆ ਵੀ ਲੱਗਦਾ ਤੇ ਗਰੀਬੜਾ ਜਿਹਾ ਹੈ, ਕਿਉਂਕਿ ਕਿਤੇ ਲੱਕੜਾਂ ਖਿਲਰੀਆਂ ਪਈਆਂ ਨੇ, ਕਿਤੇ ਉਹ ਤਰ੍ਹਾਂ ਦੇ ਛੰਦ ਖਿਲਰੇ ਪਏ ਨੇ, ਤੇ ਪਰ ਭਾਵਨਾ ਬੜੀ ਹੈ ਇਹਦੇ ਅੰਦਰ, ਸ਼ਰਧਾ ਬੜੀ ਹੈ, ਪ੍ਰੇਮ ਬਹੁਤ ਹੈ, ਸਤਿਗੁਰੂ ਜੀ ਇਹਨੂੰ ਤੇ ਇੰਨਾ ਚਾਅ ਚੜ੍ਹਿਆ ਹੈ ਤੇ ਕਹਿਣ ਦਾ ਭਾਵ ਜਿੰਨਾ ਬੇਬੇ ਨਾਨਕੀ ਨੂੰ ਚੜ੍ਹਦਾ ਸੀ। ਸੱਚਮੁੱਚ ਇਹਦਾ ਚਾਅ ਦੇਖ ਕੇ ਮੈਨੂੰ ਲੱਗਦਾ ਵੀ ਇਹਦੇ ਨਾਲ ਤੁਹਾਡਾ ਖਾਸ ਕੋਈ ਰਿਸ਼ਤਾ ਹੈ, ਵੱਡਿਆਂ ਭਾਗਾਂ ਵਾਲਾ ਕੋਈ, ਔਰ ਇਹ ਤੇ ਕੋਈ ਇਸ ਤਰ੍ਹਾਂ ਦਾ, ਜਾਣੀ ਕਿ ਜਿਵੇਂ ਮਰਦਾਨੇ ਨੇ ਮਹਿਸੂਸ ਕੀਤਾ ਨਾ, ਗੁਰੂ ਸਾਹਿਬ ਜੀ ਨੂੰ ਥੋੜ੍ਹਾ ਪੁੱਛਿਆ, ਕਹਿੰਦਾ ਜੀ ਖੁੱਲ੍ਹ ਕੇ ਦੱਸੋ ਇਹਦੇ ਬਾਰੇ, ਭਾਈ ਲਾਲੋ ਬਾਰੇ ਮੈਨੂੰ ਸਮਝਾਓ ਜੀ। ਸੁਣ ਕਰ ਬਚਨ ਉਚਾਰੇ ਸ੍ਰੀ ਮੁਖ ਚੀਨੋ ਸੰਤ ਸਰੂਪ। ਗੁਰੂ ਸਾਹਿਬ ਕਹਿੰਦੇ ਮਰਦਾਨੇ ਕੀ ਪੁੱਛਣਾ ਤੈ, ਤੈਨੂੰ ਦੱਸਿਆ ਸੀ ਇਮਨਾ ਬਾਅਦ ਆਪਾਂ ਆ ਗਏ ਆ, ਤੈਨੂੰ ਦੱਸਿਆ ਸੀ ਭਾਈ ਲਾਲੋ ਦੇ ਘਰ ਜਾਣਾ ਤੇ ਲਾਲੋ ਦੇ ਘਰ ਆ ਗਏ, ਲਾਲੋ ਆ ਇਹ, ਹੋਰ ਇਹਦੇ ਬਾਰੇ ਤੈਨੂੰ ਕੀ ਦੱਸੀਏ, ਇਹਦੀ ਆਪਣੀ ਵਿਚਾਰੇ ਦੀ ਕੋਈ ਪਛਾਣ ਹੈ ਨਹੀਂ, ਇਹਦੇ ਬਾਰੇ ਕੀ ਦੱਸੀਏ, ਗਰੀਬੜਾ ਜਾਂ ਸਿੱਖ ਉਹ ਤੇ ਹੁਣ ਆਪਾਂ ਨੂੰ ਪਤਾ ਹੈ। ਔਰ ਗੁਰੂ ਸਾਹਿਬ ਜੀ ਨੇ ਇਹ ਜ਼ਰੂਰ ਆਖਿਆ, ਕਹਿੰਦੇ ਇਹ ਸੱਚ ਹੈ, ਇਹ ਸੰਤ ਸਰੂਪ ਬੰਦਾ, ਸੰਤ ਵਿਰਤੀ ਦਾ ਬੰਦਾ, ਇਹ ਸੰਤ ਵਿਰਤੀ ਦਾ ਨਾਮ ਹੈ, ਸੰਤ ਕਿਸੇ ਲਿਬਾਸ ਦਾ ਨਾਮ ਨਹੀਂ ਹੈ, ਵੱਖਰੀ ਗੱਲ ਹੈ। ਅਫਸੋਸ ਹੈ ਇਸ ਗੱਲ ਦਾ ਬਈ ਬਾਣੀ 'ਚ ਹਜ਼ਾਰਾਂ ਵਾਰ ਗੁਰੂ ਸਾਹਿਬ ਨੇ ਗੱਲ ਆਖੀ ਹੈ, ਇਤਿਹਾਸ ਦੇ ਵਿੱਚ ਹਜ਼ਾਰਾਂ ਵਾਰ ਗੱਲ ਆ ਗਈ ਹੈ, ਪਰ ਹਾਲੇ ਵੀ ਅਸੀਂ ਸੰਤ ਇੱਕ ਲਿਬਾਸ ਨੂੰ ਮੰਨੀ ਜਾਂਦੇ ਹਾਂ, ਹਾਲੇ ਵੀ ਲਿਬਾਸ, ਪਹਿਰਾਵਾ, ਡਰੈਸ ਤੇ ਖੜੇ ਹਾਂ ਵੀ ਲੰਮੇ ਚੋਲੇ ਪਾਉਣ ਨਾਲ ਜਾਂ ਇਸ ਤਰ੍ਹਾਂ ਦੇ ਖਾਸ ਬਣਤਰ ਦੇ ਵਸਤਰ ਪਾਉਣ ਨਾਲ ਬੰਦਾ ਸੰਤ ਬਣ ਜਾਂਦਾ, ਬੰਦਾ ਸਾਧ ਬਣ ਜਾਂਦਾ, ਨਹੀਂ, ਸੰਤ ਅਵਸਥਾ ਦਾ ਨਾਮ ਹੈ, ਸੰਤ ਇੱਕ ਸਟੇਜ ਦਾ ਨਾਮ ਹੈ। ਤੇ ਇਹ ਲਾਲੋ ਨੇ ਕਿਹੜਾ ਕੋਈ ਚੋਲਾ ਪਾਇਆ ਹੋਇਆ, ਲਾਲੋ ਨੇ ਕਿਹੜਾ ਕੋਈ ਗੱਲ 'ਚ ਮਾਲਾ ਪਾਈ ਹੋਈ ਹੈ, ਲਾਲੋ ਨੇ ਕਿਹੜਾ ਕੋਈ ਉਸ ਤਰ੍ਹਾਂ ਦੇ ਸਪੈਸ਼ਲ ਵਸਤਰ ਪਾਏ ਹੋਏ ਨੇ, ਕਿਰਤੀ ਸਿੱਖ ਹੈ, ਗਰੀਬੜਾ ਸਿੱਖ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਇਹ ਤੇ ਸੰਤ ਬਿਰਤੀ ਦਾ ਮਾਲਕ ਹੈ, ਇਹ ਤੇ ਸੰਤ ਬੰਦਾ ਹੈ। ਭਗਤ ਕਰਤ ਬੀਤੇ ਕੁਛ ਜਨਮ ਅਬ ਭੀ ਸਫਲ ਅਨੂਪ। ਕਹਿਣ ਲੱਗੇ ਇਹਦੇ ਕਈ ਜਨਮ ਹੋ ਗਏ, ਇਹਨੂੰ ਭਗਤੀ ਕਰਦੇ ਆ, ਇਹ ਇਸ ਜਨਮ ਦੇ ਵਿੱਚ ਹੀ ਨਹੀਂ, ਇਹਦੇ ਪਿਛਲੇ ਵੀ ਕਈ ਜਨਮ ਹੋ ਗਏ ਨੇ, ਇਹਦੇ ਭਗਤੀ ਦੇ ਵਿੱਚ ਲੰਘੇ ਨੇ, ਇਹ ਭਗਤੀ ਵਿੱਚ ਲੱਗਿਆ ਹੋਇਆ, ਭਗਤੀ ਦੇ ਵਿੱਚ ਜੁੜਿਆ ਹੋਇਆ ਹੈਗਾ, ਸੱਚਮੁੱਚ ਇਹਦੀ ਪਿਛਲੀ ਕਮਾਈ ਸੀ। ਤਾਂ ਹੀ ਆਪਾਂ ਕਹਿੰਦੇ ਵੱਡੇ ਭਾਗ ਹਰ ਸੰਗਤ ਪਾਵੈ, ਵੱਡਿਆਂ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਵੱਡਿਆਂ ਭਾਗਾਂ ਦੇ ਨਾਲ ਸਾਧੂ ਦੀ ਪ੍ਰਾਪਤੀ ਹੁੰਦੀ ਹੈ, ਵੱਡਿਆਂ ਭਾਗਾਂ ਦੇ ਨਾਲ ਇਸ ਤਰ੍ਹਾਂ ਦੇ ਮੌਕੇ ਬਣਦੇ ਨੇ, ਅਤੇ ਹੁਣ ਉਹਦੇ ਵੱਡਿਆਂ ਭਾਗਾਂ ਕਰਕੇ ਹੀ ਗਰੀਬ ਨਿਵਾਜ ਉਹਦੇ ਘਰ ਗਏ ਨੇ। ਕਹਿਣ ਲੱਗੇ ਇਹ ਦੇਖਣ ਨੂੰ ਭਾਵੇਂ ਆਮ ਬੰਦਾ ਹੈ,
ਦੇਖਣ ਨੂੰ ਭਾਵੇਂ ਗਰੀਬ ਬੰਦਾ ਪਰ ਮਰਦਾਨੇ ਆ, ਇਹਦੀ ਕਮਾਈ ਬਹੁਤ ਹੈਗੀ ਹੈ। ਨੌ ਵਿਦ ਭਗਤ ਅਹੈ ਮਰਦਾਨਾ ਜਾ ਮੈਂ ਇੱਕ ਹੋਈ। ਗੁਰੂ ਸਾਹਿਬ ਕਹਿੰਦੇ ਆਮ ਤੌਰ ਤੇ ਨੌ ਤਰ੍ਹਾਂ ਦੀ ਭਗਤੀ ਮੰਨੀ ਗਈ ਹੈ। ਆਮ ਜਦੋਂ ਤੁਸੀਂ ਧਰਮ ਦੀ ਦੁਨੀਆਂ ਜਾਓਗੇ, ਵਿਆਖਿਆਕਾਰ ਲੋਕ, ਪੰਡਿਤ ਲੋਕ ਨੌ ਤਰ੍ਹਾਂ ਦੀ ਭਗਤੀ ਦਾ ਜ਼ਿਕਰ ਕਰਦੇ ਨੇ, ਮੰਨਿਆ ਗਿਆ। ਕਹਿੰਦੇ ਜਿਹੜੀ ਨੌ ਤਰ੍ਹਾਂ ਦੀ ਭਗਤੀ ਹੈ ਉਹ ਇਹਦੇ ਵਿੱਚ ਹੈਗੀ ਹੈ। ਭਾਵ ਸਾਗਰ ਤਰ ਗਤ ਕੋ ਪਾਵੇ ਨਹਿ ਲੱਖ ਸੰਸਾ ਕੋਈ। ਔਰ ਜਿਹੜਾ ਬੰਦਾ ਇਸ ਤਰ੍ਹਾਂ ਦੀ ਭਗਤੀ ਵਿੱਚ ਜੁੜ ਜਾ, ਉਹ ਭਾਵ ਸਾਗਰ ਚੋਂ ਪਾਰ ਹੋ ਜਾਂਦਾ, ਪਰਮ ਗਤੀ ਨੂੰ ਪ੍ਰਾਪਤ ਕਰ ਜਾਂਦਾ, ਉੱਥੇ ਕੋਈ ਸ਼ੰਕਾ ਨਹੀਂ ਰਹਿੰਦਾ। ਕਹਿੰਦਾ ਭਾਵ ਇਹ ਜਿਹੜਾ ਮਰਦਾਨਾ ਹੈ ਨਾ, ਇਹ ਦੀ ਅਵਸਥਾ ਬਹੁਤ ਉੱਚੀ ਹੈ। ਇਉਂ ਕਹਿ ਲਓ ਵੀ ਸਾਰੀਆਂ ਭਗਤੀਆਂ ਇਹਦੇ ਅੰਦਰ ਹੈਗੀਆਂ ਨੇ। ਜਿਵੇਂ ਬਾਣੀ 'ਚ ਵੀ ਕੁਝ ਥਾਵਾਂ 'ਤੇ ਇਸ ਤਰ੍ਹਾਂ ਦੇ ਇਸ਼ਾਰੇ ਆਏ ਨੇ, ਭਗਤ ਨਵੈ ਪ੍ਰਕਾਰ ਆ, ਜਾਣੀ ਕਿ ਨੌ ਤਰ੍ਹਾਂ ਦੀ ਜਿਹੜੀ ਭਗਤੀ ਦੀ ਗੱਲ ਚੱਲਦੀ ਹੈ, ਇਹ ਉਸ ਤਰ੍ਹਾਂ ਦੀ ਭਗਤੀ ਕਰਨ ਵਾਲਾ ਭਗਤ ਹੈਗਾ, ਸੰਤ ਹੈਗਾ ਹੈ। ਮਰਦਾਨਾ ਬੂਜਤ ਪਾਇਆ ਤਬ ਹੀ ਸਾਬਿਦ ਭਗਤ ਕਹੀ ਜੈ। ਭਾਈ ਲਾਲੋ ਪ੍ਰਸ਼ਾਦਾ ਬਾਣੀ ਤਿਆਰ ਕਰਨ ਲੱਗਿਆ ਹੋਇਆ, ਉਹ ਤੇ ਆਪਣੀ ਘਰਵਾਲੀ ਨੂੰ ਉਹਨੇ ਆਖਿਆ ਹੋਣਾ, ਭਾਗਵਾਨ ਨੇ ਅੱਜ ਆਪਣੇ ਭਾਗ ਜਾਗੇ ਨੇ, ਆਪਾਂ ਲਾਹੇ ਲਈਏ ਔਰ ਲਾਹਾ ਲੈ ਲਈਏ, ਸੇਵਾ ਕਰ ਲਈਏ, ਗੁਰੂ ਨਾਨਕ ਜੀ ਆਏ ਨੇ, ਇਹ ਤੇ ਆਪਣੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਤਰਸ ਕੀਤਾ ਉਹਨਾਂ ਨੇ, ਦਇਆ ਕੀਤੀ ਆਪਣੇ ਘਰ ਆਉਣਾ। ਚਲੋ ਜਾਣੀ ਕਿ ਉੱਥੇ ਚਾਵਾਂ ਨਾਲ ਉਹਦੇ ਪੈਰ ਭੂੰਜੇ ਨਹੀਂ ਲੱਗ ਰਿਹਾ, ਭੱਜੇ ਹੀ ਫਿਰ ਰਿਹਾ, ਜਿਵੇਂ ਪ੍ਰਬੰਧ ਕਰ ਰਿਹਾ, ਔਰ ਉਹ ਆਪਾਂ ਬਾਅਦ ਵਿੱਚ ਵੇਖਾਂਗੇ। ਉਦੋਂ ਬਾਅਦ ਜਦੋਂ ਭਾਈ ਮਰਦਾਨੇ ਨਾਲ ਗਰੀਬ ਨਿਵਾਜ ਦੀ ਗੱਲਬਾਤ ਹੋ ਰਹੀ ਹੈ, ਹੁਣ ਭਾਈ ਮਰਦਾਨਾ ਜੀ ਨੇ ਜਦੋਂ ਪੁੱਛਿਆ, ਦੱਸਿਆ ਨੌ ਪ੍ਰਕਾਰ ਦੀ ਭਗਤੀ ਦੀ ਗੱਲ ਆਈ, ਭਾਈ ਮਰਦਾਨਾ ਕਹਿੰਦਾ ਸਤਿਗੁਰੂ ਮੇਰੇ 'ਤੇ ਕਿਰਪਾ ਕਰੋ, ਗੱਲਾਂ ਕਿਸੇ ਹੋਰ ਪਾਸੇ ਨਾ ਤੁਰ ਜਾਣ ਆਪਣੀਆਂ, ਅਤੇ ਹੋਰ ਪਾਸੇ ਤੁਰ ਗਈ ਅਤੇ ਫਿਰ ਵਾਪਸ ਮੁੜਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਕਿਰਪਾ ਕਰਕੇ ਮੈਨੂੰ ਇਹ ਨੌ ਤਰ੍ਹਾਂ ਦੀ ਭਗਤੀ ਬਾਰੇ ਦੱਸ ਦਿਉ, ਵੀ ਨੌ ਤਰ੍ਹਾਂ ਦੀ ਭਗਤੀ ਹੁੰਦੀ ਕਿਹੋ ਜਿਹੀ ਹੈ, ਥੋੜ੍ਹਾ ਜਿਹਾ ਇਹਦੀ ਵਿਆਖਿਆ ਕਰ ਦਿਉ, ਇੱਕ ਇੱਕ ਕਰਕੇ ਸਮਝਾ ਦਿਓ। ਦੇਖੋ ਬੜੇ ਧਿਆਨ ਨਾਲ ਸੁਣਿਓ, ਹੁਣ ਅਸਲ ਵਿੱਚ ਮੈਂ ਤਾਂ ਬੇਨਤੀ ਕਰਦਾ ਵੀ ਇਹ ਗ੍ਰੰਥ ਨਿਰੀਆਂ ਕਥਾਵਾਂ ਹੀ ਨਹੀਂ ਹੈਗੀਆਂ, ਨਿਰਾ ਇਤਿਹਾਸ ਨਹੀਂ ਹੈ, ਇਹਦੇ 'ਚ ਬਹੁਤ ਰਹੱਸ ਅਤੇ ਰਮਜ਼ਾ ਨੇ, ਇਹਦੇ 'ਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਦੇ ਨੇ, ਬਹੁਤ ਸਾਰਾ ਗਿਆਨ ਮਿਲਦਾ ਇਹਦੇ 'ਚੋਂ। ਅਤੇ ਇਸ ਕਰਕੇ ਹੁਣ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੇ ਪ੍ਰਥਾਏ ਨੌ ਤਰ੍ਹਾਂ ਦੀ ਭਗਤੀ ਕਿਸ ਤਰ੍ਹਾਂ ਦੀ ਮੰਨੀ ਜਾਂਦੀ ਹੈ, ਤੁਸੀਂ ਸਾਰੇ ਧਿਆਨ ਨਾਲ ਸੁਣਿਓ। ਔਰ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਸਤਿਗੁਰਾਂ ਨੇ ਉਸੇ ਵੇਲੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਹੁੰਦਿਆਂ ਹੋਇਆ ਸੰਖੇਪ ਦੇ ਵਿੱਚ ਇਸ਼ਾਰੇ ਮਾਤਰ ਨੌ ਤਰ੍ਹਾਂ ਦੀ ਭਗਤੀ ਬਾਰੇ ਦੱਸਿਆ ਹੈ। ਜਿਹ ਕੇ ਕਰਤ ਪਰਮ ਗਤ ਪਾਵੇ ਭਵ ਜਲ ਭਲੇ ਤਰੀ ਜੈ। ਗੁਰੂ ਸਾਹਿਬ ਜੀ ਕਹਿੰਦੇ ਭਾਈ ਨੌ ਤਰ੍ਹਾਂ ਦੀ ਭਗਤੀ ਜਿਹੜੀ ਹੈ, ਮਰਦਾਨਾ ਕਹਿੰਦਾ ਜੀ ਉਹਦੇ ਬਾਰੇ ਦੱਸੋ, ਜਿਹਨੂੰ ਕਰਨ ਦੇ ਨਾਲ ਪਰਮ ਗਤੀ ਪ੍ਰਾਪਤ ਹੁੰਦੀ ਹੈ, ਜੀਵ ਭਾਵ ਸਾਗਰ ਚੋਂ ਪਾਰ ਹੋ ਜਾਂਦਾ ਹੈ। ਸ੍ਰੀ ਮੁਖ ਪੰਡਤ ਪਏ ਤਿਹ ਕਲ ਸੁਣੀਏ ਭਗਤ ਪਰਕਾਰ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਸੁਣ ਫਿਰ ਹੁਣ। ਦੇਖੋ ਆਪਾਂ ਤਾਂ ਹੀ ਪੜ੍ਹਦੇ ਹਾਂ ਨਾ ਕਈ ਵਾਰ ਬਈ ਇੱਕ ਸਿੱਖ ਦੋ ਸੰਗਤੀ ਪੰਜੀ ਪਰਮੇਸ਼ਰ। ਆਮ ਤੌਰ ਤੇ ਦੋ ਬੰਦੇ ਬਹਿ ਜਾਣ, ਤਿੰਨ ਬੰਦੇ ਬਹਿ ਜਾਣ, ਉਹਨਾਂ ਨੇ ਚੁਗਲੀਆਂ ਇੱਧਰਲੀਆਂ ਉੱਧਰਲੀਆਂ ਗੱਲਾਂ, ਬਸ ਉੱਪਰਲੀਆਂ ਹੇਠਲੀਆਂ ਗੱਲਾਂ, ਉਹਨੂੰ ਆਪਾਂ ਸਤਸੰਗਤ ਨਹੀਂ ਕਹਿ ਸਕਦੇ। ਉਹ ਇਕੱਠ ਹੁੰਦਾ ਲੋਕਾਂ ਦਾ, ਪੰਜ ਦਸ ਵੀਹ ਪੰਜਾਹ ਜਿੰਨੇ ਮਰਜ਼ੀ ਬੰਦੇ ਬਹਿ ਜਾਣ, ਉੱਥੇ ਕੋਈ ਚੱਜ ਦੀ ਗੱਲ ਨਹੀਂ, ਕਿਸੇ ਦੇ ਕੱਪੜੇ ਪਾਉਣ ਦੀ ਗੱਲ, ਕਿਸੇ ਦੇ ਖਾਣ ਪੈਣ ਦੀ ਗੱਲ, ਕਿਸੇ ਤੀਜੇ ਬੰਦਿਆਂ ਨੂੰ ਬੱਚਿਆਂ ਦੀ ਗੱਲ, ਉਹਨਾਂ ਦੀਆਂ ਘਰ ਵਾਲੀਆਂ ਪਤਨੀਆਂ ਦੀ ਗੱਲ, ਉਹਨਾਂ ਦੇ ਹਾਲਾਂਕਿ ਕੁਝ ਵੀ ਨਹੀਂ ਮਿਲਦਾ। ਪਰ ਜਿਹੜਾ ਸਿੱਖ ਹੈ ਗੁਰੂ ਦਾ, ਜਿੱਥੇ ਦੋ ਸਿੱਖ ਮਿਲ ਜਾਣ, ਇੱਕ ਸਿੱਖ ਦੋਏ ਸੰਗਤੀ, ਉਹ ਸਤਸੰਗਤ ਹੁੰਦੀ ਹੈ। ਕਿਉਂਕਿ ਸਿੱਖ ਜਿਹੜਾ ਹੈ ਉਹ ਰੱਬ ਦੀਆਂ ਗੱਲਾਂ ਕਰਦਾ, ਰੱਬ ਦੀਆਂ ਸੁਣਦਾ ਬਸ। ਜਿੱਥੇ ਦੋ ਸਿੱਖ ਬੈਠੇ ਨੇ ਉਹ ਕਹਿੰਦਾ ਵੀ ਸੁਣਾਓ ਕੋਈ ਗੁਰੂ ਦੀ ਗੱਲ, ਤੁਸੀਂ ਕਿੰਨਾ ਸਿਮਰਨ ਕਰਦੇ ਹੋ, ਕਿੰਨੀ ਬੰਦਗੀ ਕਰਦੇ ਹੋ, ਕਿਵੇਂ ਕਰਦੇ ਹੋ, ਵਿਕਾਰਾਂ ਨੂੰ ਕਿਵੇਂ ਤੁਸੀਂ ਬਸ ਕੀਤਾ, ਔਰ ਇਤਿਹਾਦਿਕ ਆਹੀ ਗੱਲਾਂ ਹੁੰਦੀਆਂ ਨੇ। ਜੇ ਦੋ ਸਿੱਖ, ਖਿਮਾ ਕਰਨਾ ਮੈਨੂੰ, ਆਪਸ ਵਿੱਚ ਹੀ ਬੈਠ ਕੇ, ਭਾਵੇਂ ਉਹ ਗੁਰਦੁਆਰੇ ਬੈਠਣ ਜਾਂ ਕਿਤੇ ਵੀ, ਜੇ ਲੋਕਾਂ ਦੀਆਂ ਗੱਲਾਂ ਕਰਦੇ ਨੇ, ਇੱਧਰਲੀਆਂ ਉੱਧਰਲੀਆਂ ਗੱਲਾਂ ਕਰਦੇ ਨੇ, ਉਹ ਸਤਸੰਗਤ ਨਹੀਂ ਹੈ। ਕਿਉਂਕਿ ਸਤਸੰਗਤ ਦੀ ਪਰਿਭਾਸ਼ਾ ਇਹ ਹੈ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ। ਭਾਵੇਂ ਦੋ ਆਪਸ ਵਿੱਚ ਹੀ ਬੈਠ ਕੇ ਨਾਮ ਦੀ ਗੱਲ ਕਰਦੇ ਨੇ, ਉਹ ਵੀ ਸਤਸੰਗਤ ਹੋ ਰਹੀ ਹੈ। ਜੇ 20, 50, 100, 200 ਬੰਦਾ ਬੈਠ ਕੇ ਵੀ ਰੱਬ ਦੀ ਗੱਲ, ਪ੍ਰਭੂ ਦੀ ਗੱਲ, ਨਾਮ ਦੀ ਗੱਲ, ਬੰਦਗੀ ਦੀ ਗੱਲ, ਸਿਮਰਨ ਦੀ ਗੱਲ, ਸੇਵਾ ਦੀ ਗੱਲ ਹੋ ਰਹੀ ਹੈ, ਉਹ ਵੀ ਸਤਸੰਗਤ ਹੈ। ਆ ਹੁਣ ਆਪਾਂ ਸਾਰੇ ਸਤਸੰਗਤ ਕਰ ਰਹੇ ਹਾਂ,
ਕਿਉਂਕਿ ਇੱਥੇ ਗੁਰੂ ਦੀ ਗੱਲ ਹੈ, ਗੁਰੂ ਦੇ ਨਾਮ ਦੀ ਗੱਲ ਹੈ, ਉਹਦੇ ਭਜਨ ਪ੍ਰਤਾਪ ਦੀ ਗੱਲ ਹੈ, ਹੋਰ ਕੋਈ ਗੱਲ ਤਾਂ ਹੈ ਹੀ ਨਹੀਂ ਹੈ। ਇਸ਼ਾਰੇ ਮਾਤਰ ਸਮਝਣ ਸਮਝਾਉਣ ਵਾਸਤੇ ਕੋਈ ਆਪਾਂ ਮਾੜੀ ਮੋਟੀ ਸਾਈਡ 'ਤੇ ਗੱਲ ਕਰ ਲੈਂਦੇ ਹਾਂ। ਵੈਸੇ ਵਡਿਆਈਆਂ ਗੁਰੂ ਕੀਆਂ ਹੋ ਰਹੀਆਂ ਨੇ, ਕੀਰਤੀ ਰੱਬ ਦੀ ਹੋ ਰਹੀ ਹੈ, ਇਸ ਕਰਕੇ ਸਤਸੰਗਤ ਹੈ। ਪਰ ਜੇ ਇੱਥੇ ਆਪਾਂ ਹੁਣ ਇਹ ਗੱਲ ਛੱਡ ਕੇ ਇੱਧਰਲੀ ਉੱਧਰਲੀਆਂ ਗੱਲਾਂ ਮਾਰਨ ਲੱਗ ਜਾਈਏ ਫਿਰ ਉਹ ਸਤਸੰਗਤ ਨਹੀਂ ਰਹੇਗੀ। ਸੋ ਇੱਥੇ ਜਿਹੜਾ ਹੈ ਹੁਣ ਇੱਕ ਤਰ੍ਹਾਂ ਦੀ ਮਰਦਾਨਾ ਗੁਰੂ ਸਾਹਿਬ ਦੀ ਜੇ ਕੋਈ ਸੰਗਤ ਕਰ ਰਹੇ ਹੈ, ਕਹਿਣ ਲੱਗਿਆ ਜੀ ਸਮਝਾਓ। ਗੁਰੂ ਸਾਹਿਬ ਕਹਿੰਦੇ ਫਿਰ ਧਿਆਨ ਨਾਲ ਸੁਣ, ਬੜੀ ਗੌਰ ਨਾਲ ਸੁਣੀ, ਤੈਨੂੰ ਨੌ ਤਰ੍ਹਾਂ ਦੀ ਭਗਤੀ ਲੋਕ ਕਿਵੇਂ ਮੰਨਦੇ ਨੇ ਉਹਦੇ ਬਾਰੇ ਗੁਰੂ ਸਾਹਿਬ ਜੀ ਦੱਸਣ ਲੱਗੇ ਹਨ। ਪ੍ਰਥਕ ਪ੍ਰਥਕ ਹਾਂ ਭਾਖੋ ਸਭੀ ਗੇ ਹੈ ਭਗਤ ਆਚਾਰ। ਪ੍ਰਥਕ ਪ੍ਰਥਕ ਦਾ ਅਰਥ ਹੁੰਦਾ ਵੱਖਰਾ ਵੱਖਰਾ, ਅਲਹਿਦਾ ਅਲਹਿਦਾ। ਕਹਿੰਦੇ ਇੱਕ ਇੱਕ ਕਰਕੇ ਦੱਸਾਂਗੇ ਪਹਿਲੀ ਦੂਸਰੀ ਤੀਸਰੀ ਭਗਤੀ ਕਿਵੇਂ ਹੁੰਦੀ ਹੈ, ਔਰ ਬੜੇ ਧਿਆਨ ਨਾਲ ਸੁਣਨਾ ਕਰ। ਸਤ ਸੰਗਤ ਸਸਰੂਖਾ ਕਰਨੀ ਮਿਲਤ ਹੈ ਕਾਲ ਬਿਤਾਵੈ। ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲੀ ਗੱਲ ਹੈ ਸਤਸੰਗਤ ਵਿੱਚ ਬੈਠਣਾ, ਸਤਸੰਗਤ ਵਿੱਚ ਸੇਵਾ ਕਰਨੀ ਔਰ ਆਪਣਾ ਜੀਵਨ ਬਤੀਤ ਕਰਨਾ। ਇਹਨੂੰ ਇਹਨੂੰ ਵਿਸਥਾਰ 'ਚ ਵੀ ਕਹਿ ਸਕਦਾ ਮੈਂ, ਅੱਧਾ ਪੌਣਾ ਘੰਟਾ ਤੇ ਆਪਾਂ ਵਿਆਖਿਆ ਕਰ ਸਕਦੇ ਹਾਂ, ਪਰ ਇਸ਼ਾਰੇ ਮਾਤਰ ਸਤਸੰਗਤ ਕਰਨੀ ਔਰ ਜਿਹੜਾ ਅਸੀਂ ਸੇਵਾ ਕਰਕੇ ਆਪਣਾ ਜੀਵਨ ਬਤੀਤ ਕਰਨਾ ਭਗਤੀ ਹੈ। ਬਹੁਤੇ ਲੋਕ ਇਹੀ ਭਗਤੀ ਕਰਦੇ ਨੇ, ਇਹਦੂ ਬਾਅਦ ਕੁਝ ਨਹੀਂ ਹੈਗਾ, ਬਸ ਉਹਨਾਂ ਨੇ। ਤੁਸੀਂ ਬਹੁਤ ਸਾਰੇ ਐਸੇ ਲੋਕ ਵੇਖੇ ਹੋਣਗੇ, ਉਹਨਾਂ ਨਾ ਕਿਸੇ ਦੀ ਉੱਤਰਲੀ ਨਾ ਹੇਠਲੀ, ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ, ਨਾ ਕਿਸੇ ਨੂੰ ਕੁਝ ਕਹਿਣਾ ਨਾ ਸੁਣਨਾ, ਬਸ ਉਹਨਾਂ ਨੇ ਆਉਣਾ ਬੈਠਣਾ ਸਤਸੰਗਤ ਕਰਨੀ ਹੈ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੇ ਆਪਣੇ ਕੰਮਾਂ 'ਚ ਉਲਝ ਜਾਣਾ, ਕਹਿਣ ਦਾ ਬਸ ਸਤਸੰਗਤ ਕਰਨੀ ਹੈ ਅਤੇ ਸੇਵਾ ਕਰਨੀ ਹੈ। ਇਹ ਵੀ ਇੱਕ ਭਗਤੀ ਹੈਗੀ ਹੈ। ਹਰ ਗੁਰ ਕੋ ਇਤਿਹਾਸ ਸੁਣੀਜੈ ਮਨ ਏਕਾਗਰ ਲਾਵੈ। ਦੇਖੋ ਇਹਨੂੰ ਝੁਠਲਾ ਨਹੀਂ ਸਕਦਾ ਕੋਈ। ਹੁਣ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਜਿਹੜੇ ਕਹਿੰਦੇ ਇਤਿਹਾਸ ਦੀ ਕਥਾ ਬੰਦ ਹੋਵੇ ਉਹਨਾਂ ਨੂੰ ਪੁੱਛੇ ਵੀ ਨੌ ਪ੍ਰਕਾਰ ਦੀ ਭਗਤੀ ਦੇ ਵਿੱਚ ਆਹ ਭਗਤੀ ਹੈ ਇੱਕ। ਗੁਰੂ ਸਾਹਿਬ ਕਹਿੰਦੇ ਮਰਦਾਨੇ ਆ, ਔਰ ਗੁਰੂ ਦਾ ਸੱਤ ਪੁਰਸ਼ਾਂ ਦਾ ਇਤਿਹਾਸ ਸੁਣਨਾ, ਪੜ੍ਹਨਾ, ਵਿਚਾਰਨਾ ਵੀ ਇੱਕ ਭਗਤੀ ਹੈ। ਤੁਸੀਂ ਸਾਰੇ ਉਹ ਭਗਤੀ ਕਰਦੇ ਹੋ, ਇਹ ਅੱਧਾ ਪੌਣਾ ਆਪਾਂ ਪੂਰਾ ਇੱਕ ਘੰਟਾ ਹੀ ਭਗਤੀ ਕਰਦੇ ਹਾਂ। ਜਿਹੜੀ ਇਸ ਤੋਂ ਪਹਿਲਾਂ ਤੁਸੀਂ ਕੀਰਤਨ ਕੀਤਾ ਉਹ ਵੀ ਭਗਤੀ ਹੈ, ਉਦੋਂ ਬਾਅਦ ਕਿਸੇ ਲੰਗਰ ਸੇਵਾ ਕੀਤੀ ਹੈ ਕਿਸੇ ਨੇ, ਜੋ ਇੱਥੇ ਜੋੜੇ ਘਰ ਵਾਲਾ ਤਾਂ ਉਸ ਤਰ੍ਹਾਂ ਦਾ ਹੈ ਨਹੀਂ ਸਿਸਟਮ, ਜਾਣੀ ਕਿ ਜਿੱਥੇ ਵੀ ਆਪਾਂ ਸੇਵਾ ਕਰਦੇ ਹਾਂ ਉਹ ਭਗਤੀ ਹੈ। ਗੁਰੂ ਸਾਹਿਬ ਜੀ ਕਹਿ ਰਹੇ ਨੇ ਦੂਸਰੇ ਨੰਬਰ 'ਤੇ, ਕਹਿੰਦੇ ਪਿਆਰ ਨਾਲ, ਸ਼ਰਧਾ ਨਾਲ, ਪ੍ਰੇਮ ਨਾਲ, ਇਕਾਗਰਤਾ ਨਾਲ ਗੁਰੂ ਕੀਆਂ ਕਥਾ ਕਹਾਣੀਆਂ ਸੁਣਨੀਆਂ, ਇਹ ਵੀ ਇੱਕ ਭਗਤੀ ਹੈਗੀ ਹੈ। ਪਦ ਅਰਬਿੰਦ ਮਲਿੰਦ ਕਰੇ ਮਨ ਗੁਰਮੂਰਤ ਔਰ ਧਿਆਨ। ਫਿਰ ਕਹਿੰਦੇ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਜੋੜਨਾ, ਪਦ ਅਰਬਿੰਦ ਮਲਿੰਦ ਕਰੇ ਔਰ ਗੁਰੂ ਦੀ ਮੂਰਤੀ ਨੂੰ ਆਪਣੇ ਹਿਰਦੇ 'ਚ ਵਸਾਉਣਾ। ਗੁਰੂ ਦੀ ਮੂਰਤੀ ਕੀ ਹੈ? ਆਹ ਫੋਟੋ ਨਹੀਂ ਹੈਗੀ, ਤਸਵੀਰ ਨਹੀਂ ਹੈ ਜਿਵੇਂ ਚਿੱਤਰਕਾਰਾਂ ਨੇ ਫੋਟੋਗ੍ਰਾਫਰਾਂ ਨੇ ਬਣਾਤੀਆਂ ਨੇ, ਐਸਾ ਨਹੀਂ ਹੈ। ਗੁਰਮੂਰਤ ਕੀ ਹੈ? ਗੁਰਮੂਰਤ ਗੁਰ ਸ਼ਬਦ ਹੈ ਸਾਡੇ ਲਈ, ਗੁਰੂ ਦੀ ਮੂਰਤੀ ਗੁਰੂ ਦਾ ਸ਼ਬਦ ਹੈ। ਆਹ ਤੇ ਜਿਹੜੇ ਨੇ ਬਣਾਈਆਂ ਨੇ ਇਹ ਤੇ ਰੌਲੇ ਪੈਂਦੇ ਨੇ, ਝਗੜੇ ਪੈਂਦੇ ਨੇ। ਮੂਰਤੀ ਪੂਜਾ ਸਿੱਖ ਧਰਮ ਦੇ ਵਿੱਚ ਬਿਲਕੁਲ ਨਹੀਂ ਹੈ, ਫੋਟੋ ਪੂਜਾ ਬਿਲਕੁਲ ਨਹੀਂ ਹੈ, ਤਸਵੀਰ ਪੂਜਾ ਬਿਲਕੁਲ ਨਹੀਂ ਹੈ, ਵੱਖਰੀ ਗੱਲ ਹੈ। ਹੌਲੀ ਹੌਲੀ ਅਸੀਂ ਇਹਨਾਂ ਨੂੰ ਮੰਨਣ ਲੱਗ ਪਏ ਹਾਂ। ਹੁਣ ਤੇ ਗੁਰੂ ਸਾਹਿਬਾਨਾਂ ਦੇ ਬੁੱਤ ਵੀ ਆਉਣ ਲੱਗ ਪਏ ਨੇ, ਬੁੱਤ ਜਿਹੜਾ ਅਸੀਂ ਧਰਮ ਸਥਾਨਾਂ ਤੇ, ਮੈਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਦੇਖੇ ਨੇ, ਇਹ ਸਾਡੀ ਗਿਰਾਵਟ ਹੈ, ਇਹ ਗਿਰਾਵਟ ਦੀ ਨਿਸ਼ਾਨੀ ਹੈ। ਜੇ ਗੁਰਦੁਆਰਿਆਂ 'ਚ ਗੁਰੂ ਕੇ ਬੁੱਤ ਲੱਗੇ ਨੇ, ਗੁਰੂ ਕੀਆਂ ਤਸਵੀਰਾਂ ਨੂੰ ਧੂਫਾਂ ਧੁੱਕ ਰਹੀਆਂ ਨੇ, ਇਹ ਗਿਰਾਵਟ ਹੈ। ਕਦੇ ਸਮਾਂ ਸੀ ਸੱਚਖੰਡ ਹਰਿਮੰਦਰ ਸਾਹਿਬ ਦੀ ਪਰਿਕਰਮਾ ਜਦੋਂ ਬੁੱਤ ਰੱਖੇ ਹੋਏ ਸੀ, ਤੁਹਾਨੂੰ ਪਤਾ ਭਾਈ ਕਾਨ ਸਿੰਘ ਜੀ ਨਾਭਾ ਜੀ ਵਰਗਿਆਂ ਨੇ ਅੰਗਰੇਜ਼ ਸਰਕਾਰ ਦੇ ਨਾਲ ਗੱਲ ਕਰਕੇ ਕਿਵੇਂ ਚੁਕਾਏ, ਕਿੰਨਾ ਸੰਘਰਸ਼ ਕਰਨਾ ਪਿਆ। ਸੋ ਇਸ ਕਰਕੇ ਜਿਹੜਾ ਹੈ, ਹਾਂ ਅਸੀਂ ਉਂਝ ਫੋਟੋਆਂ ਤਸਵੀਰਾਂ ਬਣਦੀਆਂ ਨੇ ਸਮਝਣ ਸਮਝਾਉਣ ਵਾਸਤੇ, ਬੱਚਿਆਂ ਨੂੰ ਪਤਾ ਲੱਗ ਜਾਏ, ਪਰ ਫੋਟੋਆਂ ਦੀ ਪੂਜਾ, ਮੂਰਤੀ ਪੂਜਾ, ਬੁੱਤ ਪੂਜਾ ਸਿੱਖ ਧਰਮ ਦੇ ਵਿੱਚ ਬਿਲਕੁਲ ਨਹੀਂ ਹੈ। ਚਲੋ ਗੁਰੂ ਦਾ ਸ਼ਬਦ ਹੀ ਸਾਡੇ ਲਈ ਗੁਰੂ ਕੀ ਮੂਰਤੀ ਹੈ। ਕਹਿਣ ਲੱਗੇ ਨੇ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਜੋੜਨਾ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਉਹਦਾ ਧਿਆਨ ਧਰਨਾ, ਇਹ ਵੀ ਭਾਈ ਭਗਤੀ ਹੈਗੀ ਹੈ। ਪ੍ਰੇਮ ਸਹਿਤ ਗੁਣ ਗਾਵੇ ਮੁਖ ਸੋ ਪੁਲ ਕਾਵਲ ਤਨ ਆਨਾ। ਗੁਰੂ ਸਾਹਿਬ ਜੀ ਅੱਗੇ ਕਹਿੰਦੇ ਪ੍ਰੇਮ ਨਾਲ ਗੁਣ ਗਾਉਣੇ, ਉਹਦੇ ਉਹਦੀਆਂ ਸਿਫਤਾਂ ਕਰਨੀਆਂ, ਔਰ ਇਸ ਤਰ੍ਹਾਂ ਗੁਣ ਗਾਉਣੇ ਮਤਲਬ ਸਰੀਰ ਦੇ ਲੂੰਹ ਗੰਢੇ ਖੜੇ ਹੋ ਜਾਣ, ਇਹ ਵੀ ਇੱਕ ਭਗਤੀ ਹੈ। ਚਾਰ ਵਾਰ ਗੁਰੂ ਚਾਰ ਭਗਤੀਆਂ ਦੀ ਗੱਲ ਕੀਤੀ ਹੈ। ਦੇਖੋ ਕਥਾ ਸੁਣਨੀ ਇਹ ਵੱਖਰੀ ਗੱਲ ਹੈ ਅਤੇ ਗੁਣ ਗਾਉਣੇ ਇਹ ਵੱਖਰੀ ਗੱਲ ਹੈ। ਗੁਣ ਗਾਉਣੇ ਦਾ ਭਾਵ ਮਤਲਬ ਉਹਦੀਆਂ ਸਿਫਤਾਂ ਕਰਨੀਆਂ, ਵਡਿਆਈ ਕਰਨੀ, ਗਾਵ ਉਹ ਮੇਰੀ ਰਸਨਾ, ਕੀਰਤ ਪ੍ਰਭ ਕੀ,
ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਗੁਰੂ ਸਾਹਿਬ ਲਗਾਤਾਰ ਦੱਸ ਰਹੇ ਨੇ, ਭਾਈ ਮਰਦਾਨਾ ਬੜੇ ਗੌਰ ਨਾਲ ਬੜੀ ਇਕਾਗਰਤਾ ਨਾਲ ਬੜੇ ਧਿਆਨ ਨਾਲ ਸਰਵਣ ਕਰ ਰਿਹਾ ਜੀ। ਦਾਮ ਸਮ ਭਾ ਬਿਰਕਤ ਕਰ ਮਨ ਤੇ ਸੁਰਗਾਦਿਕ ਤਜ ਚਾਹ। ਗੁਰੂ ਸਾਹਿਬ ਜੀ ਅਗਲੀ ਭਗਤੀ ਆ ਸੁਣਿਓ ਧਿਆਨ ਨਾਲ। ਸਤਿਗੁਰੂ ਕਹਿੰਦੇ ਅਗਲੀ ਹੈ ਆਪਣੀਆਂ ਇੰਦਰੀਆਂ ਨੂੰ ਵਿਕਾਰਾਂ ਵਾਲੇ ਪਾਸੋਂ ਰੋਕਣਾ, ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਰੋਕਣਾ ਤੇ ਸੁਰਗ ਆਦਰਤਾ ਸਾਹਾ, ਜਿਹੜੇ ਸੁਰਗ ਆਦਿਕ ਹੈ ਸਵਰਗਾਂ ਦੀ ਇੱਛਾ ਹੈ ਇਹ ਆਪਣੇ ਮਨ ਚੋਂ ਕੱਢ ਦੇਣੇ ਭਗਤੀ ਹੈ। ਬੜੀ ਅਜੀਬ ਗੱਲ ਹੈ, ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਅਸੀਂ ਤਾਂ ਭਗਤੀ ਉਹ ਤਾਂ ਕਰਦੇ ਹਾਂ ਵੀ ਸਾਨੂੰ ਸਵਰਗ ਮਿਲੇ। ਬਹੁਤੇ ਲੋਕ ਇਸੇ ਕਰਕੇ ਚੌਕੜਾ ਮਾਰਦੇ ਨੇ, ਸਮਾਧੀ ਲੀਨ ਹੁੰਦੇ ਨੇ, ਜ਼ੋਰ ਲਾ ਰਹੇ ਨੇ ਵੀ ਸਾਨੂੰ ਸਵਰਗ ਮਿਲੇਗਾ, ਨਰਕਾਂ ਤੋਂ ਬਚ ਜਾਵਾਂਗੇ। ਐਸਾ ਨਹੀਂ ਹੈ। ਔਰ ਜਿਨ੍ਹਾਂ ਨੇ ਭਗਤੀ, ਤੁਸੀਂ ਭਗਤਾਂ ਦੀ ਦੁਨੀਆਂ 'ਚ ਜਾਓ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਗਤ ਬੈਠੇ ਨੇ ਉਹਨਾਂ ਦੀ ਬਾਣੀ ਹੈ ਨਾ, ਕਿਸੇ ਨੇ ਸਵਰਗ ਦੀ ਇੱਛਾ ਨਹੀਂ ਰੱਖੀ। ਤੁਸੀਂ ਪੁੱਛ ਲਓ ਵੀ ਜੀ ਤੁਸੀਂ ਸਵਰਗਾਂ ਵਰਗੇ ਬਾਰੇ ਕੀ ਕਹਿੰਦੇ ਹੋ, ਉਹ ਕਹਿੰਦੇ ਨਰਕ ਵਾ ਜਿਹੜਾ ਸੁਰਗ ਵਾਸ ਨਾ ਵਾਸੀ ਹੈ, ਡਰੀਆ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨਹੋ ਨਾ ਕੀ ਜਯਾਸ। ਭਗਤ ਕਬੀਰ ਸਾਹਿਬ ਕਹਿੰਦੇ ਸਾਨੂੰ ਨਾ ਤਾਂ ਨਰਕਾਂ ਦਾ ਕੋਈ ਡਰ ਹੈ, ਐਵੇਂ ਲੋਕ ਕਹੀ ਜਾਂਦੇ ਨੇ ਨਰਕਾਂ ਤੋਂ ਡਰ ਹੈ, ਸਾਨੂੰ ਕੋਈ ਨਰਕਾਂ ਦਾ ਮਤਲਬ ਨਹੀਂ ਹੈ, ਕੋਈ ਡਰ ਨਹੀਂ ਹੈ, ਸਾਨੂੰ ਸਵਰਗਾਂ ਦੀ ਇੱਛਾ ਵੀ ਕੋਈ ਨਹੀਂ ਹੈ। ਅਸੀਂ ਭਗਤੀ ਤਾਂ ਨਹੀਂ ਕਰਦੇ, ਇਹ ਨਾ ਸਮਝੋ ਵੀ ਅਸੀਂ ਭਗਤੀ ਇਸ ਕਰਕੇ ਕਰਦੇ ਹਾਂ, ਮਾਫ਼ ਕਰਨਾ ਵੀ ਪਤਾ ਨਹੀਂ ਸਾਨੂੰ ਸਵਰਗਾਂ ਦੀ ਲਾਲਸਾ ਨਾ, ਅਸੀਂ ਸਵਰਗ ਕੀ ਕਰਨੇ ਨੇ, ਸਾਨੂੰ ਤਾਂ ਸਵਰਗ ਚਾਹੀਦਾ ਹੀ ਨਹੀਂ ਗਾ, ਅਸੀਂ ਤਾਂ ਸਵਰਗ ਨਰਕ ਤੋਂ ਬਾਹਰ ਹਾਂ, ਨਰਕ ਸੁਰਗ ਅਸੀਂ ਦੋਵੇਂ ਛੱਡਤੇ ਨੇ। ਅਤੇ ਇਸ ਕਰਕੇ ਜਿਹੜਾ ਸੀ ਨਾ ਅਸੀਂ ਨਰਕਾਂ ਤੋਂ ਡਰਦੇ ਹਾਂ ਨਾ ਸਵਰਗਾਂ ਦੀ ਇੱਛਾ, ਅਸੀਂ ਤਾਂ ਉਹਨੂੰ ਪ੍ਰੇਮ ਕਰਦੇ ਹਾਂ, ਸਾਡਾ ਤਾਂ ਪ੍ਰੇਮ ਹੈ, ਸਾਡੀ ਤਾਂ ਆਪਣੀ ਇੱਕ ਜਿਹੜੀ ਹੈ ਭਾਵਨਾ ਹੈਗੀ ਹੈ। ਚਲੋ ਜਾਣੀ ਗੁਰੂ ਸਾਹਿਬ ਜੀ ਨੇ ਆਖਿਆ, ਕਹਿੰਦੇ ਇੰਦਰੀਆਂ ਨੂੰ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ ਰੋਕਣਾ ਔਰ ਆਪਣੇ ਮਨ 'ਚੋਂ ਸਵਰਗਾਂ ਦੀ ਇੱਛਾ ਵੀ ਖਤਮ ਕਰ ਦੇਣਾ, ਇਹ ਵੀ ਇੱਕ ਭਗਤੀ ਹੈਗੀ ਹੈ। ਪਰ ਕੇ ਦੁੱਖ ਨਾ ਚੀਨਤ ਮਨ ਮੈਂ ਹਾਣ ਲਾਭ ਸਮਤਾ ਹੈ। ਔਰ ਪਰਾਏ ਦੇ ਦੁੱਖ ਜਿਹੜੇ ਨੇ, ਪਰਾਏ ਦੁੱਖ ਨੂੰ ਆਪਣੇ ਮਨ 'ਚ ਸਮਝਣਾ, ਫਿਰ ਕਹਿੰਦੇ ਨੇ ਹਾਨ ਲਾਭ ਸਮਚਾਹ, ਅਤੇ ਦੂਸਰਾ ਹਾਨੀ ਅਤੇ ਲਾਭ ਤੋਂ ਉੱਪਰ ਉੱਠ ਜਾਣਾ, ਨਫੇ ਨੁਕਸਾਨ ਤੋਂ ਆਪਣੇ ਉੱਪਰ ਨੂੰ ਉੱਪਰ ਉਠਾ ਲੈਣਾ ਔਰ ਆਪਣੀ ਨਿੰਦਿਆ ਜਿਹੜੀ ਹੈ ਜਾਂ ਉਸਤਤੀ ਹੈ ਇਹਦੇ ਤੋਂ ਵੀ ਆਪਣੇ ਆਪ ਨੂੰ ਪਾਸੇ ਕਰ ਲੈਣਾ। ਬਹੁਤ ਸਾਰੇ ਇਸ ਤਰ੍ਹਾਂ ਦੇ ਸ਼ਬਦ ਆਉਣਗੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਪੱਸ਼ਟ ਬਚਨ ਹੈਗੇ ਨੇ, ਉਸਤਤ ਨਿੰਦਾ ਦਊ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਨਹੀਂ, ਬੰਦਾ ਆਪਣੀ ਉਸਤਤੀ ਦੇ ਵਿੱਚ ਫਸਿਆ ਰਹਿੰਦਾ। ਬਹੁਤੇ ਲੋਕ ਇਸੇ ਕਰਕੇ ਇਹ ਸਾਰਾ ਕੁਝ ਕਰਦੇ ਨੇ ਵੀ ਸਾਡੀ ਜੈ ਜੈਕਾਰ ਹੋਵੇ, ਸਾਡੀ ਉਸਤਤੀ ਹੋਵੇ। ਨਹੀਂ, ਅਸਲੀ ਜਿਹੜਾ ਭਗਤ ਹੈ ਉਹਨੂੰ ਉਸਤਤੀ ਦਾ ਕੋਈ ਮਤਲਬ ਨਹੀਂ। ਜੇ ਐਸਾ ਹੁੰਦਾ ਤਾਂ ਕਬੀਰ ਸਾਹਿਬ ਵਰਗੇ ਥੋੜ੍ਹੋ ਕਹਿੰਦੇ ਵੀ ਨਿੰਦਾ ਨਿੰਦਾ ਮੋਹ ਕਹੋ ਲੋਕ, ਨਿੰਦਾ ਨਿੰਦਾ ਜਨ ਕਹੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਜੇ ਉਹਨਾਂ ਨੂੰ ਆਪਣੀ ਉਸਤਤੀ ਦੀ, ਆਪਣੀ ਵਡਿਆਈ ਦੀ ਲਾਲਸਾ ਹੁੰਦੀ ਤਾਂ ਫਿਰ ਉਹ ਇਹ ਥੋੜ੍ਹੋ ਕਹਿੰਦੇ ਵੀ ਤੁਸੀਂ ਭਾਵੇਂ ਸਾਨੂੰ ਬੌਰਾ ਕਹੋ, ਝੱਲਾ ਕਹੋ, ਕੁਝ ਵੀ ਕਹੋ, ਸਾਨੂੰ ਕੋਈ ਪ੍ਰਭਾਵ ਕੋਈ ਨਹੀਂ ਹੈ। ਸੋ ਇਸ ਕਰਕੇ ਜਿਹੜਾ ਹੈ ਗਰੀਬ ਨਿਵਾਜ ਕਹਿੰਦੇ ਮਰਦਾਨਿਆਂ, ਆਪਣੇ ਅੰਦਰੋਂ ਨਫ਼ਾ ਨੁਕਸਾਨ ਉਸਤਤੀ ਨਿੰਦਾ ਦਾ ਪ੍ਰਭਾਵ ਛੱਡ ਦੇਣਾ, ਇਹ ਵੀ ਇੱਕ ਸਾਧਨਾ ਭਗਤੀ ਹੈਗੀ ਹੈ। ਛਲ ਵਿਹੀਨ ਸਭ ਹੀ ਤੇ ਹੋਵਨ ਹਰਖ ਸੋਗਨ ਹੈ ਆਵੈ। ਛਲ ਵਿਹੀਨ ਹੋ ਜਾਣਾ, ਛਲ ਦਾ ਅਰਥ ਹੁੰਦਾ ਧੋਖਾ, ਛਲ ਦਾ ਅਰਥ ਹੁੰਦਾ ਕਪਟ, ਫਰੇਬ, ਆਪਣੇ ਅੰਦਰੋਂ ਬਿਲਕੁਲ ਛਲ ਕੱਢ ਦੇਣਾ ਵੀ ਅਸੀਂ ਕਿਸੇ ਨਾਲ ਛਲ ਨਹੀਂ ਕਰਨਾ, ਕਿਸੇ ਨਾਲ ਧੋਖਾ ਨਹੀਂ ਕਰਨਾ, ਕਿਸੇ ਨਾਲ ਕਪਟ ਨਹੀਂ ਕਰਨਾ, ਇਹ ਚੀਜ਼ ਛੱਡਣੀ। ਛਲ ਵਿਹੀਨ ਸਭ ਹੀ ਤੇ ਹੋਵਨ, ਫਿਰ ਕਹਿੰਦੇ ਹਰਖ ਸ਼ੋਕ ਨਹਿ ਆਵੈ। ਹਰਖ ਦਾ ਅਰਥ ਹੁੰਦਾ ਖੁਸ਼ੀ, ਸ਼ੋਕ ਦਾ ਅਰਥ ਹੁੰਦਾ ਸੋਗ ਗਮ, ਔਰ ਖੁਸ਼ੀ ਅਤੇ ਗਮੀ ਤੋਂ ਵੀ ਮੈਂ ਪਹਿਲੀ ਬੇਨਤੀ ਕੀਤੀ ਹੈ, ਉਸਤਤ ਨਿੰਦਾ ਦੋ ਤਿਆਗਿਆ ਖੋਜੈ ਪੰਦਰਵਾਨਾ, ਜਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹੀ ਬਚਨ ਨੇ, ਹਰਖ ਸ਼ੋਕ ਅਤੇ ਰਹਿ ਨਿਆਰੋ। ਮਤਲਬ ਇਸ ਤਰ੍ਹਾਂ ਆਪਣੇ ਆਪ ਨੂੰ ਖੁਸ਼ੀ ਅਤੇ ਗਮੀ ਤੋਂ ਵੀ ਪਾਸੇ ਕਰ ਲੈਣਾ। ਭਗਤ ਰਵਿਦਾਸ ਸਾਹਿਬ ਨੂੰ ਪੜ੍ਹੋ ਅਤੇ ਉਹ ਸਪੱਸ਼ਟ ਕਹਿੰਦੇ ਨੇ ਵੀ ਜਿਹੜਾ ਅਸੀਂ ਕਿਸੇ ਨੂੰ ਕੁਝ ਮਿਲ ਜਾਏ ਬੜੀ ਖੁਸ਼ੀ ਹੋ ਜਾਂਦੀ ਹੈ, ਕਿਸੇ ਦੇ ਕੋਲੋਂ ਥੋੜ੍ਹਾ ਜਿਹਾ ਕੁਝ ਖੁੱਸ ਜਾਏ ਬੜਾ ਰੋਣਾ ਧੋਣਾ ਹੋ ਜਾਂਦਾ, ਜਿਹਨੂੰ ਉਹ ਕਹਿੰਦੇ ਨੇ ਵੀ ਜਬ ਕੱਚ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਆਮ ਲੋਕਾਂ ਦੀ ਹਾਲਤ ਹੈ, ਪਰ ਜਿਹੜਾ ਪਰਮਾਤਮਾ ਦਾ ਭਗਤ ਹੈ ਉਹਦਾ ਕੁਝ ਵੀ ਚਲਾ ਜਾਏ ਉਹ ਆਪਣੀ ਭਗਤੀ ਨਹੀਂ ਛੱਡਦਾ, ਉਹਦੇ ਕੋਲ ਕੁਝ ਵੀ ਆ ਜਾਓ ਭਗਤੀ ਨਹੀਂ ਛੱਡਦਾ, ਉਹਦਾ ਪ੍ਰੇਮ ਹੀ ਇੰਨਾ। ਕਹਿਣ ਲੱਗੇ ਆਹ ਵੀ ਇੱਕ ਭਗਤੀ ਹੈਗੀ ਹੈ। ਦ੍ਰਿੜ ਨਿਸ਼ਚਾ ਕਰਤਾਰ ਵਿਖੇ ਅਤ ਡੋਲ ਨਾ ਕਬਹੂ ਜਾਵੇ। ਤੇ ਸਤਿਗੁਰੂ ਫਿਰ ਕਹਿੰਦੇ ਅੱਠਵੇਂ ਨੰਬਰ ਦੀ ਹੈ ਇਹ, ਸ਼ਾਇਦ ਤੁਸੀਂ ਕਾਊਂਟਿੰਗ ਕਰਦੇ ਹੋਵੋ ਗਿਣਤੀ। ਅੱਠ ਨੰਬਰ 'ਤੇ ਗਰੀਬ ਨਿਵਾਜ ਕਹਿੰਦੇ ਆਪਣਾ ਨਿਸ਼ਚਾ ਕਰਤਾਰ 'ਤੇ ਰੱਖਣਾ,
ਪੂਰਨ ਭਰੋਸਾ ਅਕਾਲ ਪੁਰਖ ਤੇ ਵਾਹਿਗੁਰੂ ਤੇ ਪਰਮੇਸ਼ਰ ਤੇ ਰੱਖਣਾ, ਉਹ ਤੋਂ ਸਿਵਾਏ ਕਿਸੇ ਹੋਰ ਨੂੰ ਨਹੀਂ, ਨਾ ਸੂਰਜ ਨਾ ਚੰਦਰਮਾ ਨਾ ਧਰਤੀ ਨਾ ਆਕਾਸ਼ ਨਾ ਗ੍ਰਹਿ ਨਾ ਨਛੱਤਰ ਕੁਝ ਵੀ ਨਹੀਂ, ਬਸ ਸਿਰਫ ਤੇ ਸਿਰਫ ਪਰਮਾਤਮਾ ਦੇ ਉੱਪਰ ਨਿਸ਼ਚਾ, ਦ੍ਰਿੜ ਨਿਸ਼ਚਾ, ਕਰਤਾਰ ਵਿਖੈ ਔਰ ਅਤ ਡੋਲ ਨਾ ਕਬ ਹੁਣ ਆਵੈ। ਫਿਰ ਉਹ ਜਿਹੜਾ ਸੀ ਨਾ ਡੋਲਦਾ, ਉਹ ਡੋਲਣ ਤੋਂ ਵੀ ਪਾਸੇ ਹੋ ਜਾਂਦਾ, ਕਿਉਂਕਿ ਉਹ ਅਰਦਾਸ ਹੀ ਇਹ ਕਰਦਾ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਲੀ ਖੇਡ। ਸੋ ਇਸ ਕਰਕੇ ਗਰੀਬ ਸਾਹਿਬ ਗਰੀਬ ਨਿਵਾਸ ਕਹਿੰਦੇ ਮਰਦਾਨਿਆਂ ਆਹ ਭਗਤੀ ਨੂੰ ਸੁਣ ਰਹੇ ਹੈ, ਇਸ ਤਰ੍ਹਾਂ ਦੀਆਂ ਭਗਤੀਆਂ ਨੇ, ਕੋਈ ਆਹ ਭਗਤੀ ਕਰ ਰਿਹਾ, ਕੋਈ ਆਹ ਭਗਤੀ ਕਰ ਰਿਹਾ। ਇਸੇ ਕਰਕੇ ਤੁਹਾਨੂੰ ਕਈ ਵਾਰ ਆਪਾਂ ਇਹ ਕਹਿੰਦੇ ਹਾਂ ਵੀ ਹੁਣ ਆਪ ਜੀ ਨੇ ਹੁਣ ਕੀਰਤਨ ਭਗਤੀ ਦੇ ਵਿੱਚ ਜੁੜੇ ਸੀ, ਆਓ ਹੁਣ ਆਪਾਂ ਕਥਾ ਭਗਤੀ ਦੇ ਵਿੱਚ ਜੁੜੀਏ। ਇਹ ਗੁਰੂ ਕੀਆਂ ਵਡਿਆਈਆਂ ਕਰਨੀਆਂ ਕਰਾਉਣੀਆਂ ਸਾਰਾ ਕੁਝ ਗੁਰੂ ਸਾਹਿਬ ਜੀ ਦੱਸ ਰਹੇ ਨੇ, ਮਰਦਾਨਾ ਜੀ ਬਹੁਤ ਗੌਰ ਨਾਲ ਸੁਣਦੇ ਹਨ। ਹਰ ਸਰੂਪ ਸਭ ਹੂੰ ਕੋ ਜਾਣੈ ਰਵਿਓ ਸਭ ਕੇ ਮਾਹੀ। ਗੁਰੂ ਸਾਹਿਬ ਕਹਿੰਦੇ ਆਹ ਅਖੀਰਲੀ ਹੈ, ਇਹ ਚੀਜ਼ ਨੂੰ ਸਮਝੀ, ਪਰਮਾਤਮਾ ਜਿਹੜਾ ਪਰਮੇਸ਼ਰ ਹੈ ਉਹਦੀ ਜੋਤ ਸਭਨਾਂ ਦੇ ਵਿੱਚ ਹੈ, ਗਰੀਬਾਂ 'ਚ, ਅਮੀਰਾਂ 'ਚ, ਪੜ੍ਹਿਆਂ 'ਚ, ਅਨਪੜ੍ਹਿਆਂ 'ਚ, ਗੋਰਿਆਂ 'ਚ, ਚਿੱਟਿਆਂ 'ਚ, ਛੋਟਿਆਂ 'ਚ, ਵੱਡਿਆਂ 'ਚ, ਸਭਨਾਂ 'ਚ ਉਹਦੀ ਜੋਤ ਹੈ। ਹਰ ਸਰੂਪ ਸਭ ਹੂ ਕੋ ਜਾਣੈ, ਸਾਰਿਆਂ ਨੂੰ ਉਹਦਾ ਸਰੂਪ ਜਾਣਨਾ, ਸਾਰਿਆਂ ਵਿੱਚ ਉਹਦੀ ਜੋਤ ਨੂੰ ਜਾਣਨਾ, ਰਵਿਓ ਸਭ ਕੇ ਮਾਹੀ, ਉਹ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ, ਇਹ ਵੀ ਇੱਕ ਭਗਤੀ ਹੈ। ਇਸੇ ਕਰਕੇ ਜਿਹੜੇ ਭਗਤ ਨੇ ਨਾ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਉਹ ਇਹ ਨਹੀਂ ਕਹਿੰਦੇ ਤੂੰ ਛੋਟਾ ਹੈ ਅਸੀਂ ਤੇਰੇ ਕੋਲ ਨਹੀਂ ਬੈਠਣਾ, ਉਹ ਇਹ ਨਹੀਂ ਕਹਿੰਦੇ ਵੀ ਤੂੰ ਜਿਹੜਾ ਅਸੀਂ ਕਾਲਾ ਹੈ ਜਾਂ ਗਰੀਬ ਹੈ ਜਾਂ ਛੂਦਰ ਹੈ ਤੇ ਆਦਿਕ। ਜਿਹੜੇ ਭਗਤ ਨੇ ਉਹ ਸਭਨਾਂ ਨੂੰ ਪਿਆਰ ਕਰਦੇ ਨੇ, ਉਹਨਾਂ 'ਤੇ ਸਪੱਸ਼ਟ ਆਖਿਆ, ਕਹਿੰਦੇ ਸਭਨਾ ਮਨ ਮਾਣਕ ਠਾਹਣ ਮੂਲ ਮਚੰਗ ਵਾ, ਜੇ ਤਉ ਬਿਰੀਆ ਦੇ ਸਿੱਖ ਹਿਆਉ ਨਾ ਟਾਹੇ ਕਹੀ ਦਾ। ਬਾਬਾ ਫਰੀਦ ਸਾਹਿਬ ਨੂੰ ਪੜ੍ਹਿਓ, ਉਹ ਕਹਿੰਦੇ ਵੀ ਜੇ ਤੂੰ ਭਗਤੀ ਕਰਨੀ ਹੈ ਨਾ, ਭਗਤ ਬਣਨਾ, ਅਕਾਲ ਪੁਰਖ ਦੀ ਨੇੜਤਾ ਹਾਸਲ ਕਰਨੀ ਹੈ, ਜੇ ਤੂੰ ਉਹਦੀਆਂ ਖੁਸ਼ੀਆਂ ਲੈਣੀਆਂ ਨੇ, ਆਹ ਤੈਨੂੰ ਗੱਲਾਂ ਦਾ ਧਿਆਨ ਰੱਖਣਾ ਪੈਣਾ ਕਿ ਸਭਨਾ ਮਨ ਮਾਣਕ, ਸਭਨਾ ਦੇ ਵਿੱਚ ਪ੍ਰਭੂ ਹੈ, ਸਭਨਾ ਵਿੱਚ ਉਹਦੀ ਜੋਤ ਕੰਮ ਕਰ ਰਹੀ ਹੈ, ਸਭ ਉਹਦੇ ਪੈਦਾ ਕੀਤੇ ਹੋਏ ਨੇ। ਠਾਹਣ ਮੂਲ ਮਚੰਗ ਵਾ, ਕਹਿੰਦੇ ਜੇ ਤਉ ਪ੍ਰੀਆ ਦੀ ਸਿੱਖ, ਜੇ ਤੈਨੂੰ ਉਹਦੇ ਮਿਲਣ ਦੀ ਸਿੱਖ ਹੈ, ਚਾਹ ਹੈ, ਯਾਦ ਰੱਖੀ ਹਿਆਉ ਨਾ ਟਾਹੇ ਕਹੀਦਾ, ਕਿਸੇ ਦੇ ਹਿਰਦੇ ਨੂੰ ਸੱਟ ਨਾ ਮਾਰੀ, ਕਿਸੇ ਦੇ ਹਿਰਦੇ ਨੂੰ ਠੇਸ ਨਾ ਮਾਰੀ। ਔਰ ਬੁੱਲੇ ਸ਼ਾਹ ਵਰਗਿਆਂ ਨੇ ਤਾਂ ਹੀ ਆਖਿਆ ਸੀ, ਬੁੱਲਿਆ ਮੰਦਰ ਢਾ ਦੇ, ਮਸਜਿਦ ਢਾ ਦੇ, ਸਭ ਕੁਝ ਢਾ ਦੇ, ਤੈਸ਼ ਨੈਸ਼ ਕਰਦੇ, ਵੇਖੀ ਕਿਸੇ ਗਰੀਬ ਦੇ ਹਿਰਦੇ ਨੂੰ ਸੱਟ ਨਾ ਮਾਰੀ, ਕਿਉਂਕਿ ਉੱਥੇ ਰੱਬ ਦਾ ਵੱਸ ਹੈ। ਇਸ ਕਰਕੇ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਇਹ ਭਗਤੀ ਹੈ, ਨੌ ਤਰ੍ਹਾਂ ਦੀ ਭਗਤੀ ਹੈ। ਮਰਦਾਨੇ ਨੇ ਸਾਰਾ ਬੜਾ ਧਿਆਨ ਨਾਲ ਸੁਣਿਆ। ਹਾਂਜੀ, ਇਹ ਵਿਦ ਹੈ ਸ਼ੂਸ਼ਮ ਕਰ ਵਰਨੀ ਏਕ ਪ੍ਰਾਪਤ ਜਾਹੇ। ਕਹਿੰਦੇ ਜਿਹੜਾ ਆਹ ਲਾਲੋ ਹੈ ਨਾ ਜਿਹਦੀ ਤੂੰ ਗੱਲ ਕਰਦਾ ਵੀ ਇਹ ਕੌਣ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਤ ਸਰੂਪ ਹੈ, ਇਸ ਨੂੰ ਭਗਤੀ ਕਰਦਿਆਂ ਕਈ ਜਨਮ ਬੀਤ ਗਏ ਨੇ ਔਰ ਇਹਦੀ ਭਗਤੀ ਬੜੀ ਅਨੂਪਮ ਹੈ, ਜਾਣੀ ਕਿ ਨੌ ਤਰ੍ਹਾਂ ਦੀਆਂ ਭਗਤੀਆਂ ਦੇ ਅੰਦਰ ਨੇ। ਰਿਪੀਟ ਕਰਨ ਦੀ ਸ਼ਾਇਦ ਜ਼ਰੂਰਤ ਨਹੀਂ ਹੈ ਔਰ ਸਮਾਂ ਵੀ ਨਹੀਂ ਹੈ, ਇਹ ਸੇਵਾ ਵੀ ਕਰਦਾ, ਸੰਗਤ ਵੀ ਕਰਦਾ, ਇਹਦੇ ਅੰਦਰ ਨਿਮਰਤਾ ਵੀ ਹੈ, ਇਹਦੇ ਅੰਦਰ ਉਸ ਤਰ੍ਹਾਂ ਦੀ ਜਿਹੜੀਆਂ ਆਪਾਂ ਵਿਚਾਰਾਂ ਕੀਤੀਆਂ ਨੇ ਉਹ ਸਾਰਾ ਕੁਝ ਇਹਦੇ ਅੰਦਰ ਹੈਗਾ, ਜਾਣੀ ਕਿ ਇਹ ਇੰਨੇ ਤਰ੍ਹਾਂ ਦੀ ਭਗਤੀ ਕਰਦਾ, ਏਡਾ ਵੱਡਾ ਭਗਤ ਹੈ, ਸੰਤ ਬਿਰਤੀ ਦਾ ਮਾਲਕ ਹੈਗਾ ਹੈ। ਬੋਲ ਸਮੇਤ ਤਰ ਹੈ ਭਵ ਸਾਗਰ ਅਵਰ ਤਰ ਹੈ ਤੇ ਸੰਗ। ਗੁਰੂ ਸਾਹਿਬ ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਵਿਅਕਤੀ ਹੋਵੇ ਨਾ ਤੇ ਉਹ ਆਪ ਵੀ ਤਰਦਾ, ਉਹ ਆਪਣੀ ਕੁੱਲ ਨੂੰ ਤਾਰ ਲੈਂਦਾ, ਆਪਣੇ ਪਰਿਵਾਰ ਨੂੰ, ਆਪਣੇ ਅੰਸ ਵੰਸ ਨੂੰ, ਸਾਰਿਆਂ ਨੂੰ ਭਵ ਸਾਗਰ ਚੋਂ ਤਾਰ ਲੈਂਦਾ ਹੈ। ਭਗਤ ਕਰਤ ਮਾਇਆ ਨਾ ਮੋਹ ਹੈ ਰਚ ਹੈ ਹਰ ਕੇ ਰੰਗ। ਐਸਾ ਜਿਹੜਾ ਸੱਜਣ, ਐਸਾ ਜਿਹੜਾ ਭਗਤ, ਉਹ ਭਗਤੀ ਕਰਦਾ ਉਹਦੇ ਰੰਗ ਵਿੱਚ ਰੰਗਿਆ ਰਹਿੰਦਾ, ਉਹਨੂੰ ਭਗਤੀ ਦਾ ਰੰਗ ਚੜ ਜਾਂਦਾ, ਭਗਤੀ ਦੇ ਵਿੱਚ ਗੁੜੁੱਚ ਰਹਿੰਦਾ ਔਰ ਨਾ ਉਹਨੂੰ ਕੋਈ ਵਿਕਾਰ ਪਾਉਂਦਾ, ਔਰ ਉਹ ਕਿਸੇ ਦੁਨਿਆਵੀ ਰੰਗ ਦੇ ਵਿੱਚ ਨਹੀਂ ਰੰਗਿਆ ਜਾਂਦਾ, ਇਹ ਦੁਨਿਆਵੀ ਰੰਗ ਉਹਦੇ ਲਈ ਕੱਚੇ ਰੰਗ ਨੇ, ਉਹਦੇ ਲਈ ਪਰਮਾਤਮਾ ਦਾ ਰੰਗ ਪੱਕਾ ਹੈ। ਇਸੇ ਕਰਕੇ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ, ਜਿੰਨ ਕੇ ਚੋਲੇ ਰੱਤੜੇ ਪਿਆਰੇ ਕੰਤ ਤਿੰਨਾਂ ਕੇ ਪਾਸ ਧੂੜ ਤਿੰਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਜਿਨ੍ਹਾਂ ਦੇ ਮਨ ਰੂਪੀ ਚੋਲੇ ਉਸ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ, ਅਸਲ ਵਿੱਚ ਉਹੀ ਨੇ ਸੰਤ, ਉਹੀ ਜਿਹੜਾ ਸੀ ਹਰੀ ਦੇ ਸੰਤ ਨੇ, ਉਹੀ ਹਰੀ ਦੇ ਭਗਤ ਹੈਗੇ ਹਨ। ਮਰਦਾਨਾ ਸੁਣ ਕਰ ਤਬੇ ਪਦ ਪਰ ਧਾਰ ਲਿਲਾਰ ਅਲਾਵ। ਜਦੋਂ ਮਰਦਾਨੇ ਨੇ ਆਹ ਕੁਝ ਸੁਣਿਆ ਵੀ ਇੰਨੇ ਤਰ੍ਹਾਂ ਦੀ ਭਗਤੀ ਹੈ, ਇਹ ਬੜਾ ਪ੍ਰਭਾਵਿਤ ਹੋਇਆ ਤੇ ਮਰਦਾਨੇ ਨੇ ਸੁਣ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ, ਕਹਿੰਦਾ ਸਤਿਗੁਰੂ ਤੁਸੀਂ ਧੰਨ ਹੋ, ਤੁਸੀਂ ਮਹਾਨ ਹੋ ਤੇ ਮੇਰੇ ਤੇ ਤਰਸ ਕਰਕੇ ਮੈਨੂੰ ਇਹ ਗਿਆਨ ਦਿੱਤਾ, ਮੈਨੂੰ ਸੋਝੀ ਬਖਸ਼ੀ ਹੈ। ਸਤ ਬਚਨ ਤੁਮ ਕਹਿ ਤੋ ਜੇ ਭਾਵ ਕੇ ਦੁੱਖ ਦਰਦ ਮਿਟਾਵੇ। ਕਹਿਣ ਲੱਗਿਆ ਸਤਿਗੁਰੂ ਤੁਸੀਂ ਧੰਨ ਹੋ, ਤੁਹਾਡੇ ਬਚਨ ਸੁਣ ਕੇ
ਮਨੁੱਖ ਦੇ ਸਾਰੇ ਦੁੱਖ ਦਰਦ ਖਤਮ ਹੋ ਜਾਂਦੇ ਨੇ, ਸਾਰੇ ਤਰ੍ਹਾਂ ਦੇ ਵਹਿਮ ਭਰਮ ਪਾਖੰਡਾਂ ਤੋਂ ਨਿਵਰਤੀ ਹੁੰਦੀ ਹੈ। ਇਤਨੇ ਮਹਿ ਲਾਲੋ ਤਹ ਆਇਆ ਇਹ ਵਿਦ ਕਹਿਓ ਸੁਣਾਈ। ਇੰਨੇ ਨੂੰ ਭਾਈ ਲਾਲੋ ਜੀ ਆ ਗਏ ਨੇ ਗੁਰੂ ਸਾਹਿਬ ਜੀ ਦੇ ਨਾਲ, ਭਾਈ ਮਰਦਾਨਾ ਜੀ ਦੀ ਆ ਗੱਲਬਾਤ ਹੋ ਰਹੀ ਹੈ। ਉਹਦੇ ਤੋਂ ਪਿੱਛੋਂ ਪਿੱਛੋਂ ਜਿਹੜੀ ਸੀ ਇਸ ਤਰ੍ਹਾਂ ਦੀ ਆ ਭਗਤੀ ਨੌ ਤਰ੍ਹਾਂ ਦੀ ਹੈ, ਕਿਹੜੀ ਕਿਹੜੀ ਹੈ ਜੇ ਆਪਾਂ ਵਿਆਖਿਆ ਕੀਤੀ ਹੈ, ਉਹਦੇ ਤੋਂ ਬਾਅਦ ਬਾਅਦ ਵੀ ਸਾਰਾ ਕੁਝ ਹੋ ਗਿਆ। ਤੇ ਇੰਨੇ ਨੂੰ ਭਾਈ ਲਾਲੋ ਜਿਹੜਾ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਤਿਆਰ ਕਰਨ ਗਿਆ ਸੀ ਉਹ ਸਤਿਗੁਰਾਂ ਦੇ ਪਾਸ ਆਇਆ ਹੈ। ਅਚਹੋ ਆਸਨ ਚਲੋ ਸ਼੍ਰੀ ਨਾਨਕ ਦੁੱਖ ਕੁੰਜਰ ਮਿਰਗ ਰਾਏ। ਔਰ ਉਹਨੇ ਆਉਂਦਿਆਂ ਸਾਰ ਹੱਥ ਜੋੜੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਿਆ ਸਤਿਗੁਰੂ ਔਰ ਅਚਬਹੁ ਆਸਨ ਚਲੋ ਸ਼੍ਰੀ ਨਾਨਕ, ਪ੍ਰਸ਼ਾਦਾ ਪਾਣੀ ਲੰਗਰ ਪਾਣੀ ਜਿਹੋ ਜੀ ਮੇਰੇ ਕੋਲ ਸਮਰੱਥਾ ਹੈਗੀ ਹੈ, ਜਿੰਨਾ ਕੁ ਮੈਂ ਹਾਂ, ਮੈਂ ਸਤਿਗੁਰੂ ਆਪਣੀ ਉਸ ਤਰ੍ਹਾਂ ਦੀ ਜਿੰਨੀ ਕੁ ਮੇਰੇ ਕੋਲ ਸ਼ਕਤੀ ਹੈ, ਮੈਂ ਉਸ ਤਰ੍ਹਾਂ ਦਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ ਔਰ ਲੰਗਰ ਪਾਣੀ ਤਿਆਰ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਿਆ ਹੈ, ਭਾਵ ਬੰਧਨ ਪਨੰਗ ਜੇ ਗ੍ਰਸ ਬੈਨ ਤੇ ਹੋ ਤੈਨ ਕੋ। ਜਾਣੀਓ ਗੁਰੂ ਸਾਹਿਬ ਨੂੰ ਕਹਿੰਦਾ ਹੈ ਤੁਸੀਂ ਜਿਹੜਾ ਸੀ ਉਹ ਸ਼ੇਰ ਹੋ ਜਿਹੜੇ ਕਰਮ ਕਾਂਡਾਂ ਪਾਖੰਡਾਂ ਰੂਪੀ ਹਾਥੀ ਨੂੰ ਵੀ ਨਿਗਲ ਲੈਂਦੇ ਹੋ, ਹਾਲਾਂਕਿ ਹਾਥੀ ਵੱਡਾ ਹੁੰਦਾ ਸ਼ੇਰ ਨਾਲੋਂ, ਕਰਮ ਕਾਂਡ ਪਾਖੰਡ ਬਹੁਤ ਜਿਹੜੇ ਫੈਲੇ ਹੋਏ ਨੇ, ਤੁਸੀਂ ਸ਼ੇਰ ਦੀ ਨਿਆਈਓ ਤੁਸੀਂ ਸਾਰੇ ਖਤਮ ਕਰ ਦੇਣੇ ਨੇ। ਫਿਰ ਉਹਨੇ ਇਹ ਵੀ ਆਖਿਆ ਕਹਿੰਦਾ ਸੰਸਾਰ ਬੰਧਨ ਜੋ ਨੇ ਜਿਹੜੇ ਸੱਪ ਦੀ ਨਿਆਈ ਨੇ ਜਿਨ੍ਹਾਂ ਦੇ ਅੰਦਰ ਮਨੁੱਖ ਜਕੜਿਆ ਹੋਇਆ ਹੈ ਫਸਿਆ ਹੋਇਆ, ਤੁਸੀਂ ਜਿਹੜਾ ਸੀ ਉਹਨਾਂ ਸੱਪਾਂ ਨੂੰ ਵੀ ਖਤਮ ਕਰਨ ਵਾਲੇ ਹੋ। ਕਹਿਣ ਦਾ ਭਾਵ ਗੁਰੂ ਸਾਹਿਬ ਪ੍ਰਤੀ ਉਹਦੀ ਸ਼ਰਧਾ ਭਾਵਨਾ ਬਹੁਤ ਵੱਧ ਗਈ ਹੈ, ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਰਬ ਕਲਾ ਸਮਰੱਥ ਮੰਨਦਾ ਹੋਇਆ ਕਹਿ ਰਿਹਾ ਜੀ, ਕਰ ਕਿਰਤਾਰਥ ਮੁਝ ਕਰਣਾ ਕਰ ਆਨਨ ਪਾਏ ਆਸਨ ਕੋ। ਕਹਿਣ ਲੱਗਿਆ ਜੀ ਹੁਣ ਕਿਰਪਾ ਕਰੋ, ਪ੍ਰਸ਼ਾਦਾ ਪਾਣੀ ਲੰਗਰ ਪਾਣੀ ਸਾਰਾ ਕੁਝ ਮੈਂ ਤਿਆਰ ਕਰ ਲਿਆ, ਕਿਰਪਾ ਕਰਕੇ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਬਾਕੀ ਵਿਚਾਰਾਂ ਜਿਹੜੀਆਂ ਨੇ ਉਹ ਆਪਾਂ ਬਾਅਦ ਵਿੱਚ ਕਰਾਂਗੇ। ਭਾਈ ਮਰਦਾਨਾ ਕਹਿੰਦਾ ਹੋਣਾ ਸਤਿਗੁਰੂ ਠੀਕ ਹੈ, ਭਗਤੀ ਦੀ ਗੱਲ ਤਾਂ ਹੋ ਗਈ ਹੈ, ਹੁਣ ਆਪਾਂ ਪ੍ਰਸ਼ਾਦੇ ਪਾਣੀ ਵਾਲੀ ਗੱਲ ਕਰ ਲਈਏ, ਕਿਉਂਕਿ ਤੁਹਾਨੂੰ ਪਤਾ ਵੀ ਉਹਨੂੰ ਭੁੱਖ ਪਿਆਸ ਲੱਗਦੀ ਹੈ, ਵੱਖਰੀ ਗੱਲ ਹੈ ਵੀ ਹਾਲੇ ਉਹਨੇ ਇੱਥੇ ਕੋਈ ਉਸ ਤਰ੍ਹਾਂ ਦਾ ਨਹੀਂ ਚ ਕਹੇ ਆ ਵੀ ਸਤਿਗੁਰੂ ਮੈਨੂੰ ਨਹੀਂ ਪਤਾ, ਪਰ ਭਾਵ ਗਏ ਗੁਰੂ ਸਾਹਿਬ ਜੀ ਵੀ ਭਾਈ ਲਾਲੋ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਅਤੇ ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੂੰ ਉਹ ਬੜੀ ਸ਼ਰਧਾ ਭਾਵਨਾ ਨਾਲ ਛਕਾਏਗਾ। ਅਤੇ ਜਦੋਂ ਸਤਿਗੁਰੂ ਛਕਦੇ ਨੇ ਕੀ ਤਿਆਰ ਕੀਤਾ, ਉਹਨੇ ਸਵਾਲ ਇਹ ਹੈ ਕੀ ਗੁਰੂ ਸਾਹਿਬ ਜੀ ਲਈ ਬਣਾਇਆ, ਕੀ ਗੁਰੂ ਸਾਹਿਬ ਜੀ ਦਾ ਉਹਦਾ ਬਣਾਇਆ ਹੋਇਆ ਜੈਸਾ ਪ੍ਰਸ਼ਾਦਾ ਪਾਣੀ ਉਹ ਕਿਵੇਂ ਛਕਦੇ ਨੇ, ਕਿੰਨੀਆਂ ਕੁ ਉਹਨੇ ਵਰਾਇਟੀਆਂ ਬਣਾਈਆਂ ਨੇ ਔਰ ਕਿੰਨੀ ਤਰ੍ਹਾਂ ਦੀਆਂ ਉਹਨੇ ਦਾਲਾਂ ਸਬਜ਼ੀਆਂ ਕੜਾਹ ਪ੍ਰਸ਼ਾਦ ਜੋ ਵੀ ਉਹ ਆਪਾਂ ਸਾਰਾ ਕੁਝ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਅੰਤਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ। ਭਾਵ ਬੰਧਨ ਪਨੰਗ ਜੇ ਗ੍ਰਸ ਬੈਨ ਤੇ ਹੋ ਤਿਨ ਕੋ, ਕਰ ਕਿਰਤਾਰਥ ਮੁਝ ਕਰੁਣਾ ਕਰ ਆਨੰਦ ਪਾਏ ਅਸਨ ਕੋ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਏਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤਾਂ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਹਾਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।